ਅੱਜ ਦਾ ਸਾਡਾ ਵਿਸ਼ਾ ਹੈ ਜੀ ਕ੍ਰੋਧ। ਕ੍ਰੋਧ ਕੀ ਹੈ, ਕ੍ਰੋਧ ਦੇ ਕੀ ਸਿੰਪਟਮਸ ਨੇ, ਕ੍ਰੋਧ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਔਰ ਕੀ ਵਾਕਈ ਕ੍ਰੋਧ ਸਭ ਕੁਝ ਕਰਾਉਂਦਾ ਹੈ, ਜਿਵੇਂ ਕਿ ਇੱਕ ਮਨੁੱਖ ਕ੍ਰੋਧ ਦੇ ਅਧੀਨ, ਭਾਵਨਾ ਦੇ ਅਧੀਨ ਹੋ ਕੇ, ਇਸ ਇਮੋਸ਼ਨ ਦੇ ਅਧੀਨ ਹੋ ਕੇ ਯੱਲ ਕਰਦਾ ਹੈ, ਉੱਚਾ ਬੋਲਦਾ ਹੈ ਜਾਂ ਭ੍ਰਸ਼ਟ ਹੋ ਜਾਂਦਾ ਹੈ, ਕੀ ਇਹਦੇ ਪਿੱਛੇ ਕ੍ਰੋਧ ਹੀ ਕਾਰਨ ਹੈ? ਐਸੇ ਬਹੁਤ ਸਾਰੇ ਕੁਐਸਚਨਸ ਨੇ ਕ੍ਰੋਧ ਦੇ ਬਾਬਤ। ਸੋ ਅੱਜ ਅਸੀਂ ਇਹੀ ਟਰਾਈ ਕਰਾਂਗੇ, ਇਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਥੋੜੇ ਜਿਹੇ ਲਿਖ ਤੋਂ ਹਟ ਕੇ ਜਿਹੜਾ ਕ੍ਰੋਧ ਦੇ ਬਾਬਤ ਅਸੀਂ ਬਹੁਤ ਘੱਟ ਵਿਚਾਰ ਸਾਂਝੇ ਕੀਤੇ ਨੇ, ਉਹਨਾਂ ਦੇ ਥੋੜੇ ਡੀਪ ਲੈਵਲ ਤੇ ਜਾ ਕੇ ਇਸ ਕ੍ਰੋਧ ਨੂੰ ਜਾਣਨ ਤੇ ਸਮਝਣ ਦਾ ਯਤਨ ਕਰੀਏ। ਉਹ ਟਾਸਰਾ ਸ੍ਰੀ ਗੁਰਬਾਣੀ ਦਾ ਹੀ ਲੈਣਾ ਹੈ। ਸੋ ਗੁਰਬਾਣੀ ਦੇ ਅੰਦਰ ਕ੍ਰੋਧ ਨੂੰ ਅੱਗ ਵੀ ਕਿਹਾ ਹੈ, ਹੋਰ ਵੀ ਬੜੀ ਸਾਰੀ ਤਸ਼ਬੀਹ ਗੁਰਬਾਣੀ ਦੇ ਅੰਦਰ ਕ੍ਰੋਧ ਨੂੰ ਦਿੱਤੀ ਗਈ ਹੈ, ਜਿਵੇਂ ਕਿ ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਜਾਂ ਬਹੁਤ ਸਾਰੇ ਐਸੇ ਪ੍ਰਮਾਣ ਸਾਨੂੰ ਮਿਲ ਜਾਂਦੇ ਨੇ ਜਿਹਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਕ੍ਰੋਧ ਇੱਕ ਐਸੀ ਅੱਗ ਦੇ ਸਮਾਨ ਹੈ ਜੋ ਨਾ ਕੇਵਲ ਇਨਸਾਨ ਨੂੰ ਅੰਦਰੋਂ ਸਾੜਦਾ ਹੈ, ਸਗੋਂ ਇਹ ਆਪਣੇ ਬੋਲਾਂ ਦੇ ਨਾਲ, ਆਪਣੇ ਵਿਵਹਾਰ ਦੇ ਨਾਲ, ਆਪਣੇ ਗੈਸਚਰ ਦੇ ਨਾਲ ਇਹ ਦੂਜੇ ਨੂੰ ਵੀ ਉਸ ਰੂਪ ਦੇ ਵਿੱਚ ਉਹ ਉਸ ਕ੍ਰੋਧ ਰੂਪੀ ਅੱਗ ਦੇ ਨਾਲ ਸਾੜਦਾ ਹੈ। ਸੋ ਜਿੱਥੇ ਕ੍ਰੋਧਿਤ ਇਨਸਾਨ, ਕ੍ਰੋਧ ਦੇ ਨਾਲ ਭਰਿਆ ਹੋਇਆ ਇਨਸਾਨ ਆਪ ਸੜਦਾ ਹੈ, ਉੱਥੇ ਦੂਜੇ ਨੂੰ ਵੀ ਸਾੜਦਾ ਹੈ। ਹੋਰ ਅਸੀਂ ਗੁਰਬਾਣੀ ਦੇ ਅੰਦਰ ਬਹੁਤ ਸਾਰੇ ਪ੍ਰਮਾਣ ਜਿਹੜੇ ਨੇ ਉਹ ਸਾਂਝੇ ਕਰ ਸਕਦੇ ਹਾਂ, ਜਿਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਆਪ ਸਾਰਿਆਂ ਨੇ ਬਹੁਤ ਵਾਰੀ ਸੁਣਿਆ ਹੋਣਾ, ਔਰ ਬਹੁਤ ਸਾਰੇ ਸਾਡੇ ਵੀਰ ਭੈਣਾਂ ਨੂੰ ਕੰਠਸਥ ਵੀ ਹੋਣਾ, ਜਿਹਦੇ ਵਿੱਚ ਉਹ ਕਹਿੰਦੇ ਨੇ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ ਤਹਾਂ ਮਨ ਮਾਵਾਸੀ ਰਾਜਾ। ਹੁਣ ਕਬੀਰ ਸਾਹਿਬ ਜੀ ਦਾ ਇਹ ਪਾਵਨ ਫਰਮਾਨ, ਇਹਦੇ ਵਿੱਚ ਸਾਨੂੰ ਦਰਸਾਇਆ ਗਿਆ, ਦੱਸਿਆ ਗਿਆ, ਔਰ ਬੜੇ ਡੀਪ ਲੈਵਲ ਤੇ ਸਾਨੂੰ ਕਬੀਰ ਸਾਹਿਬ ਸਮਝਾਉਂਦੇ ਨੇ ਕਿ ਕ੍ਰੋਧ ਪ੍ਰਧਾਨ ਮਹਾ ਵੱਡ ਗੁੰਦਰ ਤਹਾਂ ਮਨ ਮਾਵਾਸੀ ਰਾਜਾ। ਕ੍ਰੋਧ ਪ੍ਰਧਾਨ ਹੈ ਇਹ ਸਾਰੇ ਇਮੋਸ਼ਨਸ ਦਾ, ਜਿਹਦੇ ਵਿੱਚ ਅਸੀਂ ਜਿਹੜੇ ਇਹ ਸਾਰੇ ਜਜ਼ਬੇ ਲੈ ਲੈਂਦੇ ਹਾਂ, ਜਿਹਦੇ ਵਿੱਚ ਅੱਜ ਦੀ ਰਿਸਰਚ ਦੇ ਮੁਤਾਬਕ ਤੇ ਡਾਕਟਰਸ ਇੱਥੇ ਤੱਕ ਜਾ ਕੇ ਖੜੇ ਹੋ ਗਏ ਨੇ ਕਿ ਅਸੀਂ ਡਿਪਰੈਸ਼ਨ ਦੀ ਬੜੀ ਗੱਲਾਂ ਕਰਦੇ ਹਾਂ, ਫੋਬੀਆ ਦੀ ਗੱਲਾਂ ਕਰਦੇ ਹਾਂ, ਆਪਣੇ ਮੈਂਟਲ ਡਿਸਆਰਡਰਸ ਦੀਆਂ ਗੱਲਾਂ ਕਰਦੇ ਹਾਂ, ਪਰ ਅਸੀਂ ਕ੍ਰੋਧ ਨੂੰ, ਯਾਨੀ ਕਿ ਅਸੀਂ ਉਸ ਐਂਗਰ ਨੂੰ, ਅਸੀਂ ਉਸ ਗੁੱਸੇ ਦੇ ਉੱਤੇ ਬਹੁਤਾ ਨਾ ਅਸੀਂ ਕੰਮ ਕਰਦੇ, ਔਰ ਨਾ ਹੀ ਅਸੀਂ ਇਹਦੇ ਬਾਬਤ ਬਹੁਤਾ ਚਿੰਤਤ ਹੁੰਦੇ। ਇਸ ਨੂੰ ਬੜਾ ਇੱਕ ਨੋਰਮਲ ਜਾਂ ਇੱਕ ਇਮੋਸ਼ਨ ਮੰਨਿਆ ਜਾਂਦਾ ਹੈ, ਪਰ ਕਿੰਨੇ ਡੀਪ ਲੈਵਲ ਤੇ ਜਾ ਕੇ ਇਹ ਇਫੈਕਟ ਕਰਦਾ ਹੈ, ਇਹਦੇ ਬਾਬਤ ਅੱਜ ਅਸੀਂ ਥੋੜਾ ਜਿਹਾ ਜਾਣਨ ਦਾ ਯਤਨ ਕਰਾਂਗੇ। ਸੋ ਕ੍ਰੋਧ ਜਿਹੜਾ ਹੈ ਇਹ ਹੈ ਕਿ ਕ੍ਰੋਧ ਕਰਨਾ ਹੋਰਨਾਂ ਦੇ ਦੋਸ਼ਾਂ ਦੀ ਸਜ਼ਾ ਆਪਣੇ ਆਪ ਨੂੰ ਦੇਣਾ। ਇੱਕ ਸਾਡੇ ਵਿਦਵਾਨ ਨੇ ਬੜਾ ਖੂਬਸੂਰਤ ਲਿਖਿਆ ਕਿ ਕ੍ਰੋਧ ਅਸਲ ਦੇ ਵਿੱਚ ਬੰਦਾ ਜਦੋਂ ਕਰਦਾ ਹੈ ਨਾ, ਕ੍ਰੋਧ ਕਿਹਦੇ ਉੱਤੇ ਕਰਦਾ ਹੈ? ਦੂਜੇ ਉੱਤੇ ਕਰਦਾ ਹੈ, ਤੇ ਦੂਜੇ ਦੇ ਦੋਸ਼ ਦੀ ਸਜ਼ਾ ਜਦੋਂ ਇਨਸਾਨ ਆਪਣੇ ਆਪ ਨੂੰ ਦੇਣਾ ਸ਼ੁਰੂ ਕਰ ਦਿੰਦਾ ਹੈ, ਇਹ ਅਸਲ ਵਿੱਚ ਕ੍ਰੋਧ ਦੀ ਇੱਕ ਬਹੁਤ ਵੱਡੀ ਇੱਕ ਸਿਮਟਮ ਹੈ, ਜਾਂ ਇਉਂ ਕਹਿ ਲਓ ਕਿ ਇੱਕ ਚਿੰਨ੍ਹਤ ਕਰਦਾ ਹੈ ਕ੍ਰੋਧ, ਜਦੋਂ ਇਨਸਾਨ ਖੁਦ ਨੂੰ ਸਜ਼ਾ ਦੇਣਾ ਸ਼ੁਰੂ ਕਰ ਦਿੰਦਾ ਹੈ। ਨੋਰਮਲ ਤੌਰ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ, ਇੱਕ ਐਸੀ ਭਾਵਨਾਤਮਕ ਪ੍ਰਕਿਰਿਆ ਹੈ, ਜਿਸ ਸਮੇਂ ਕ੍ਰੋਧ ਇਨਸਾਨ ਨੂੰ ਆਉਂਦਾ ਹੈ, ਉਹਦੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ, ਚਿਹਰਾ ਲਾਲ ਹੋ ਜਾਂਦਾ ਹੈ, ਜ਼ੁਬਾਨ ਥਰਥਰਾਉਂਦੀ ਹੈ, ਬਲੱਡ ਦਾ ਜਿਹੜਾ ਸਰਕੂਲੇਸ਼ਨ ਹੈ ਉਹ ਬੜਾ ਫਾਸਟ ਹੋ ਜਾਂਦਾ ਹੈ, ਔਰ ਦਿਲ ਧੜਕਦਾ ਹੈ, ਹੱਥ ਪੈਰ ਥੋੜੇ ਥੋੜੇ ਕੰਬਣੇ ਸ਼ੁਰੂ ਹੋ ਜਾਂਦੇ ਨੇ, ਔਰ ਸਾਹ ਬੜੀ ਤੇਜ਼ ਚੱਲਣੀ ਸ਼ੁਰੂ ਹੋ ਜਾਂਦੀ ਹੈ। ਇਹ ਬਹੁਤ ਸਾਰੇ ਜਿਹੜੇ ਸਿਮਟਮਸ ਨੇ ਸਾਡੇ ਬਾਡੀ ਦੇ, ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਬੰਦਾ ਕ੍ਰੋਧਿਤ ਹੈ। ਬੜੇ ਸਾਰੇ ਐਸੇ ਸਾਡੇ ਜਜ਼ਬੇ ਨੇ, ਬਹੁਤ ਸਾਰੇ ਸਾਡੇ ਐਸੇ ਇਮੋਸ਼ਨਸ ਨੇ ਜਿਨ੍ਹਾਂ ਦਾ ਪਤਾ ਸਾਨੂੰ ਬਹੁਤਾ ਨਹੀਂ ਲੱਗਦਾ, ਪਰ ਕ੍ਰੋਧ ਇੱਕ ਐਸਾ ਇਮੋਸ਼ਨ ਹੈ
ਕਿ ਜਿਸ ਸਮੇਂ ਦੇ ਅੰਦਰ ਬੰਦਾ ਕ੍ਰੋਧਿਤ ਹੁੰਦਾ ਹੈ ਨਾ, ਨਾਲ ਦੇ ਨਾਲ ਉਹਦੇ ਚਿਹਰੇ ਦੇ ਹਾਵ ਭਾਵ ਤੋਂ, ਉਹਦੇ ਗੈਸਚਰ ਤੋਂ, ਉਹਦੀ ਦਿੱਖ ਤੋਂ, ਉਹਦੇ ਹਾਵ ਭਾਵ ਤੋਂ, ਉਹਦੇ ਵਿਵਹਾਰ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਇਨਸਾਨ ਹੁਣ ਆਪਣਾ ਆਪਾ ਖੋ ਚੁੱਕਿਆ ਹੈ। ਇਹਨੂੰ ਇਉਂ ਵੀ ਕਿਹਾ ਜਾਂਦਾ, ਜਿਵੇਂ ਅਸੀਂ ਹਿੰਦੀ ਦੇ ਵਿੱਚ ਆਮ ਤੌਰ ਤੇ ਸੁਣਿਆ ਵੀ ਆਪਣਾ ਆਪਾ ਖੋ ਦੇਣਾ, ਜਿਹੜਾ ਆਪਣਾ ਆਪਾ ਖੋ ਦਿੰਦਾ, ਯਾਨੀ ਕਿ ਉਹ ਆਪਣੇ ਆਪ ਦੇ ਵਿੱਚ ਨਹੀਂ ਰਹਿੰਦਾ। ਫਿਰ ਉਸ ਹਾਲਾਤ ਦੇ ਅੰਦਰ ਉਹ ਕੀ ਬੋਲਦਾ ਹੈ, ਕੈਸਾ ਵਿਵਹਾਰ ਕਰਦਾ ਹੈ, ਫਿਰ ਨਾ ਉਹ ਵੱਡੇ ਨੂੰ ਦੇਖਦਾ ਹੈ, ਨਾ ਉਹ ਛੋਟੇ ਨੂੰ ਦੇਖਦਾ ਹੈ, ਨਾ ਕੋਈ ਰਿਸ਼ਤਾ ਦੇਖਦਾ ਹੈ, ਨਾ ਉਹ ਕਿਸੇ ਗੁਆਂਢੀ ਨੂੰ ਦੇਖਦਾ ਹੈ, ਨਾ ਉਹ ਆਪਣੇ ਬੌਸ ਨੂੰ ਵੇਖਦਾ ਹੈ ਕਿਸੇ ਆਫਿਸ ਦੇ ਵਿੱਚ, ਨਾ ਉਹ ਆਪਣੇ ਪਰਿਵਾਰਕ ਰਿਸ਼ਤੇ ਮੈਂਬਰ ਨੂੰ ਦੇਖਦਾ ਹੈ। ਫਿਰ ਉਹ ਸਾਰੇ ਕਾਸੇ ਨੂੰ ਦਰਕਨਾਰ ਕਰਕੇ ਉਸ ਕ੍ਰੋਧ ਦੇ ਅੰਡਰ ਆ ਜਾਂਦਾ ਹੈ, ਉਸ ਕ੍ਰੋਧ ਦੇ ਅਧੀਨ ਆ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਨੇ ਇਸ ਨੂੰ ਕਿਹਾ ਇਸ ਰੂਪ ਦੇ ਵਿੱਚ ਕਿ ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜੇ ਤੇ। ਤੇਰੇ ਲੱਛਣ ਨੇ ਇਹ ਕ੍ਰੋਧ, ਇੱਕ ਤੇ ਤੂੰ ਕਲੇਸ਼ ਦਾ ਮੂਲ ਹੈ, ਤੇ ਦੂਜੀ ਬਾਤ ਹੈ ਕਿ ਤੇਰੇ ਇਸ ਜਜ਼ਬੇ ਦੇ ਕਰਕੇ ਇਨਸਾਨ ਕਿਸੇ ਉੱਤੇ ਦਇਆ ਨਹੀਂ ਕਰਦਾ। ਜਦੋਂ ਇਨਸਾਨ ਕ੍ਰੋਧਿਤ ਹੋ ਜਾਂਦਾ ਹੈ, ਉਹਦੇ ਅੰਦਰ ਕਰੁਣਾ ਭਾਵ, ਦਇਆ ਭਾਵ ਖਤਮ ਹੋ ਜਾਂਦੀ ਹੈ, ਉਹ ਨਿਰਦਈ ਹੋ ਜਾਂਦਾ ਹੈ। ਇਹ ਕੁਝ ਲੱਛਣ ਨੇ ਜਿਹੜੇ ਅਸੀਂ ਬਾਣੀ ਦੇ ਵਿੱਚ ਇਹਨਾਂ ਦੇ ਹਵਾਲੇ ਪੜ੍ਹਦੇ ਹਾਂ, ਸੁਣਦੇ ਆਏ ਹਾਂ, ਔਰ ਜੋ ਬੜੇ ਆਰਾਮ ਦੇ ਨਾਲ ਅਸੀਂ ਦੁਨੀਆਂ ਦੇ ਅੰਦਰ ਇਸਨੂੰ ਦੇਖਦੇ ਵੀ ਹਾਂ, ਜਿਹਨੂੰ ਅਸੀਂ ਆਊਟਬਰਸਟ ਕਹਿ ਦਿੰਦੇ ਹਾਂ, ਜਾਂ ਇਉਂ ਕਹਿ ਦਿੰਦਾ ਕੋਈ ਬਰਸਟ ਹੋ ਗਿਆ, ਜਿੱਦਾਂ ਵਿਸਫੋਟ ਹੁੰਦਾ ਜਵਾਲਾਮੁਖੀ ਦਾ, ਇਸ ਢੰਗ ਦੇ ਨਾਲ ਆ ਗੁੱਸਾ, ਇਹ ਐਂਗਰ ਫੁੱਟਦਾ, ਬੰਦਾ ਆਪਣਾ ਆਪਾ ਖੋ ਦਿੰਦਾ ਹੈ, ਔਰ ਇਹ ਸਾਰੇ ਲੱਛਣ ਉਹਦੇ ਜਿਹੜੇ ਨੇ ਉਹ ਨਸ਼ਰ ਹੋ ਜਾਂਦੇ ਨੇ, ਉਹ ਦੁਨੀਆਂ ਦੇ ਸਾਹਮਣੇ ਆ ਜਾਂਦੇ ਨੇ। ਹੁਣ ਕੀ ਇੱਕ ਆਮ ਇਨਸਾਨ ਕ੍ਰੋਧਿਤ ਹੁੰਦਾ? ਹਾਂ, ਹਰ ਇਨਸਾਨ ਆਪਣੇ ਜੀਵਨ ਦੇ ਅੰਦਰ ਕ੍ਰੋਧਿਤ ਹੁੰਦਾ ਹੈ, ਭਾਵੇਂ ਉਹ ਡੇਲੀ ਹੋਵੇ, ਭਾਵੇਂ ਉਹ ਵੀਕਲੀ ਹੋਵੇ। ਯਾਨੀ ਕਿ ਉਹ ਇਨਸਾਨ ਵੀਕ ਦੇ ਅੰਦਰ ਕਦੇ ਨਾ ਕਦੇ ਕ੍ਰੋਧਿਤ ਹੁੰਦਾ ਹੋਵੇਗਾ। ਚਲੋ ਕਿਸੇ ਦਾ ਬਹੁਤ ਜ਼ਿਆਦਾ ਆਪਣੇ ਉੱਤੇ ਕੰਟਰੋਲ ਹੈ, ਉਹ ਵੀਕਲੀ ਹੋ ਜਾਂਦਾ ਹੋਵੇਗਾ, ਨਹੀਂ ਤੇ ਜਿਹੜਾ ਆਮ ਇਨਸਾਨ ਹੈ ਉਹ ਦਿਨ ਦੇ ਅੰਦਰ ਇਹ ਕ੍ਰੋਧ ਵਾਲੇ ਇਮੋਸ਼ਨ ਦੇ ਨਾਲ ਕਿਤੇ ਨਾ ਕਿਤੇ ਜ਼ਰੂਰ ਆਪਣੇ ਉਸ ਮਨ ਮਸਤਿਸ਼ਕ ਤੇ, ਆਪਣੇ ਉਸ ਮਨ ਮੰਡਲ ਦੇ ਅੰਦਰ ਇਸ ਕ੍ਰੋਧ ਦੇ ਇਸ ਜਜ਼ਬੇ ਨੂੰ ਮਹਿਸੂਸ ਕਰਦਾ ਹੈ। ਔਰ ਜਿਹੜੇ ਜ਼ਿਆਦਾ ਕ੍ਰੋਧ ਸੁਭਾਅ ਵਾਲੇ ਹੁੰਦੇ ਨੇ, ਉਹ ਦਿਨ ਦੇ ਵਿੱਚ ਕਈ ਕਈ ਵਾਰੀ ਇਸ ਕ੍ਰੋਧ ਦੇ ਭਾਵ ਨੂੰ ਮਹਿਸੂਸ ਕਰਦੇ ਨੇ, ਔਰ ਉਹ ਕ੍ਰੋਧਿਤ ਹੋ ਕੇ ਉਹ ਆਪਣਾ ਆਪਾ ਗਵਾ ਲੈਂਦੇ ਨੇ। ਹੁਣ ਥੋੜਾ ਜਿਹਾ ਜ਼ਿਆਦਾ ਗਹਿਰਾਈ ਦੇ ਵਿੱਚ ਨਹੀਂ, ਅਸੀਂ ਇਹਨੂੰ ਬੜਾ ਸੁੱਖਾ ਰੱਖਾਂਗੇ ਤਾਂ ਕਿ ਸਾਨੂੰ ਸਾਰਿਆਂ ਨੂੰ ਸਮਝ ਆ ਸਕੇ ਇਹਦੇ ਬਾਬਤ ਕਿ ਮੈਡੀਕਲੀ ਤੌਰ ਦੇ ਉੱਤੇ ਜੇ ਤੁਸੀਂ ਇੱਕ ਡੈਫੀਨੇਸ਼ਨ ਦੇਣੀ ਹੋਵੇ ਜਾਂ ਜੇ ਕੋਈ ਪ੍ਰੂਵ ਕਰਨਾ ਹੋਵੇ ਵੀ ਕ੍ਰੋਧ ਜਿਹੜਾ ਹੈ ਇਹ ਕੀ ਕਰਦਾ ਹੈ, ਕਿਵੇਂ ਪਨਪਦਾ ਹੈ, ਔਰ ਕਿਸ ਰੂਪ ਦੇ ਅੰਦਰ ਇਹ ਪੈਦਾ ਹੁੰਦਾ ਹੈ, ਸਾਡੇ ਦਿਮਾਗ ਦੇ ਅੰਦਰ ਬ੍ਰੇਨ ਦੇ ਵਿੱਚ ਇੱਕ ਬਦਾਮ ਦੀ ਸ਼ੇਪ ਦਾ ਹੁੰਦਾ ਹੈ, ਜਿੰਨਾ ਕੁ ਬਦਾਮ ਹੁੰਦਾ ਹੈ ਉਸ ਸ਼ੇਪ ਦਾ ਇੱਕ ਪਾਰਟ ਹੁੰਦਾ ਜਿਹਨੂੰ ਐਮੀਗਡਲਾ ਕਹਿੰਦੇ ਨੇ। ਇਹ ਜਿਹੜਾ ਐਮੀਗਡਲਾ ਹੈ, ਇਹ ਬਦਾਮ ਦੀ ਸ਼ੇਪ ਦਾ ਜਿਹੜਾ ਸਾਡੇ ਦਿਮਾਗ ਦੇ ਵਿੱਚ, ਜਿਸ ਨੂੰ ਇੱਕ ਟਰਮ ਹੈ ਐਮੀਗਡਲਾ, ਇਸਨੂੰ ਐਮੀਗਡਲਾ ਕਿਹਾ ਜਾਂਦਾ ਹੈ। ਇਹ ਸਾਡੇ ਦਿਮਾਗ ਦੇ ਅੰਦਰ ਕੀ ਕਰਦਾ ਹੈ ਕਿ ਇਹ ਡਰ ਔਰ ਜਿਹੜੀ ਐਂਗਜ਼ਾਇਟੀ ਉਤੇਜਨਾ ਜਿਹੜੀ ਸਾਡੇ ਜੀਵਨ ਵਿੱਚ ਆਉਂਦੀ ਹੈ, ਇਹ ਇਸ ਨੂੰ ਕੰਟਰੋਲ ਕਰਦਾ ਹੈ। ਔਰ ਮੈਡੀਕਲ ਸਾਇੰਸ ਇਹ ਗੱਲ ਕਹਿੰਦੀ ਹੈ, ਜਦੋਂ ਕੋਈ ਗੁੱਸੈਲ ਆਦਮੀ ਯੈਲ ਕਰਦਾ ਹੈ, ਚੀਕਦਾ ਹੈ, ਚਲਾਉਂਦਾ ਹੈ, ਉੱਚਾ ਬੋਲਦਾ ਹੈ, ਬ੍ਰਸ਼ਟ ਹੁੰਦਾ ਹੈ, ਠੀਕ ਉਸੇ ਸਮੇਂ ਦੇ ਦੌਰਾਨ ਇਹ ਜਿਹੜਾ ਸਾਡੇ ਬ੍ਰੇਨ ਦਾ ਬਦਾਮ ਜਿੰਨਾ ਹਿੱਸਾ ਹੈ ਜਿਹਨੂੰ ਐਮਿਗਡਲਾ ਕਿਹਾ ਜਾਂਦਾ ਹੈ, ਇੱਕਦਮ ਫਾਇਰਡ ਹੁੰਦਾ ਹੈ। ਇਹਦੇ ਵਿੱਚੋਂ ਹਾਰਮੋਨ ਜਿਹੜੇ ਨੇ ਉਹ ਸਕ੍ਰੀਟ ਹੁੰਦੇ ਨੇ, ਜੋ ਵੀ ਕਹਿ ਲਓ, ਇਹ ਕੰਮ ਕਰਦਾ ਹੈ ਆਪਣੇ ਰੂਪ ਦੇ ਵਿੱਚ ਜਦੋਂ ਬੰਦਾ ਕ੍ਰੋਧਿਤ ਹੁੰਦਾ ਹੈ। ਕਿਉਂਕਿ ਇਹ ਸਾਰੀ ਰਿਸਰਚ ਜਿਹੜੀ ਕੀਤੀ ਗਈ, ਜੋ ਮੈਂ ਆਪ ਜੀ ਦੇ ਨਾਲ ਵਿਚਾਰ ਵੀ ਸਾਂਝੀ ਕਰ ਰਿਹਾ, ਇਹ ਔਥੈਂਟਿਕ ਇੱਕ ਸਟੱਡੀ ਹੈ ਕ੍ਰੋਧ ਦੇ ਬਾਬਤ, ਐਂਗਰ ਦੇ ਬਾਬਤ, ਜਿਹੜੀ ਕਿ ਵੱਡੇ ਜਿਹੜੇ ਮੈਡੀਕਲ ਸਾਇੰਸ ਦੇ ਯੂਨੀਵਰਸਿਟੀਜ਼ ਨੇ ਉਹਨਾਂ ਨੇ ਪੇਪਰ ਬਕਾਇਦਾ ਦੇ ਉੱਤੇ ਪਾਏ ਕਿ ਕਿੱਦਾਂ ਇਹ ਕ੍ਰੋਧ ਕੰਮ ਕਰਦਾ ਹੈ ਸਾਡੀ ਸਾਡੀ ਸ਼ਖਸੀਅਤ ਦੇ ਉੱਤੇ। ਇੱਕ ਤੇ ਸਾਡੇ ਬਾਹਰੀ ਚਿੰਨ੍ਹ ਜਿਹੜੇ ਅਸੀਂ
ਥੋੜੇ ਜਿਹੇ ਹੁਣੇ ਸਮਝੇ ਨੇ ਕਿ ਅੱਖਾਂ ਲਾਲ ਹੋ ਜਾਂਦੀਆਂ ਨੇ, ਜ਼ੁਬਾਨ ਥਰਥਰਾਉਂਦੀ ਹੈ, ਹੱਥ ਕੰਬਦੇ ਨੇ, ਧੜਕਣ ਤੇਜ਼ ਹੋ ਜਾਂਦੀ ਹੈ, ਲੇਕਿਨ ਸਾਡੇ ਬ੍ਰੇਨ ਦੇ ਵਿੱਚ, ਸਾਡੇ ਦਿਮਾਗ ਦੇ ਅੰਦਰ ਇਹ ਐਮਿਗਡਲਾ ਜਿਹੜਾ ਹੈ ਇਹ ਫਾਇਰਡ ਹੁੰਦਾ ਹੈ। ਜਦੋਂ ਇਨਸਾਨ ਕ੍ਰੋਧਿਤ ਹੁੰਦਾ ਹੈ, ਜਦੋਂ ਚੀਕਦਾ ਹੈ, ਚਲਾਉਂਦਾ ਹੈ, ਠੀਕ ਉਸੇ ਸਮੇਂ ਦੇ ਦੌਰਾਨ, ਠੀਕ ਉਸੇ ਟਾਈਮ ਜਦੋਂ ਬੰਦਾ ਗੁੱਸਾ ਕਰਦਾ ਹੈ, ਫਾਇਰਡ ਹੁੰਦਾ ਹੈ, ਸਾਡੇ ਨਾ ਅੱਖਾਂ ਦੇ ਉੱਤੇ ਵਿੱਚ ਸੈਂਟਰ ਦੇ ਇੱਥੇ ਕਰਕੇ, ਜੇ ਅਸੀਂ ਸੋਚੀ ਅੱਖਾਂ ਦੇ ਠੀਕ ਉੱਤੇ, ਇਹਨੂੰ ਕਹਿੰਦੇ ਨੇ ਆਰਬਿਟਲ ਫਰੰਟਲ ਕੋਰਟੈਕਸ, ਇੱਥੇ ਕਰਕੇ ਅੱਖਾਂ ਦੇ ਉੱਤੇ ਇੱਕ ਪਾਰਟ ਹੁੰਦਾ ਹੈ, ਠੀਕ ਉਸੇ ਸਮੇਂ ਇਹ ਵੀ ਇੰਗੇਜਡ ਹੋ ਜਾਂਦਾ ਹੈ ਇਹਦੇ ਨਾਲ, ਇਮੋਸ਼ਨ ਦੇ, ਇਸ ਇਮੋਸ਼ਨ ਦੇ ਨਾਲ। ਹੁਣ ਇਹ ਜਿਹੜਾ ਪਾਰਟ ਹੈ ਇਹ ਉਸਨੂੰ ਬ੍ਰੇਕ ਕਰਦਾ, ਯਾਨੀ ਕਿ ਉਸਨੂੰ ਰੋਕਦਾ ਹੈ। ਸਾਡੇ ਦਿਮਾਗ ਦੇ ਵਿੱਚ ਹੀ ਰੱਬ ਨੇ, ਰੱਬ ਜੀ ਨੇ ਸਾਨੂੰ ਇਸ ਢੰਗ ਦਾ ਇਹ ਸਾਡੀ ਬੋਡੀ ਤਿਆਰ ਕੀਤੀ ਹੈ ਕਿ ਜਿੱਥੇ ਕ੍ਰੋਧ ਆਉਂਦਾ ਹੈ ਉੱਥੇ ਨਾਲ ਦੇ ਨਾਲ ਸਾਡੇ ਇਸ ਅੱਖਾਂ ਦੇ ਉੱਤੇ ਇਸ ਅੰਦਰ ਜਿਹੜਾ ਪਾਰਟ ਹੈ ਜਿਹਨੂੰ ਆਰਬਿਟਲ ਫਰੰਟਲ ਕੋਰਟੈਕਸ ਕਿਹਾ ਜਾਂਦਾ ਹੈ, ਇੱਕਦਮ ਸਕ੍ਰਿਯ ਹੋ ਜਾਂਦਾ ਹੈ ਆਪਣੇ ਆਪ ਕਿ ਇਹ ਆਪਣਾ ਜ਼ਿਆਦਾ ਨੁਕਸਾਨ ਨਾ ਕਰਾ ਲਏ ਕ੍ਰੋਧ ਕਰਕੇ। ਇੱਕਦਮ ਇਹ ਇਹ ਇੰਗੇਜ ਹੁੰਦਾ, ਇਮੋਸ਼ਨ ਨੂੰ ਇਹ ਬ੍ਰੇਕ ਕਰ ਦਿੰਦਾ, ਯਾਨੀ ਕਿ ਤੋੜ ਦਿੰਦਾ ਕ੍ਰੋਧ ਨੂੰ, ਜਿਹੜਾ ਉਸ ਟਾਈਮ ਇਹ ਐਮਿਗਡਲਾ ਤੋਂ ਫਾਇਰਡ ਹੁੰਦਾ ਹੈ। ਸੌਖੇ ਸ਼ਬਦਾਂ ਦੇ ਵਿੱਚ ਯਾਨੀ ਕਿ ਸਾਡੇ ਬ੍ਰੇਨ ਦੇ ਦੋ ਪਾਰਟ ਨੇ, ਬੰਦਾ ਗੁੱਸਾ ਕਰਦਾ ਹੈ ਉਸ ਸਮੇਂ ਐਮਿਗਡਲਾ ਤੋਂ ਉਹ ਫਾਇਰ ਹੁੰਦਾ ਹੈ, ਜਿਹੜੇ ਸਾਡੀ ਅੱਖਾਂ ਦੇ ਉੱਤੇ ਇਹ ਵਾਲਾ ਪਾਰਟ ਹੈ, ਇੱਥੋਂ ਇੱਕ ਪਾਰਟ ਜਿਹੜਾ ਹੈ ਉਸ ਕ੍ਰੋਧ ਨੂੰ ਰੋਕਣ ਦਾ ਕੰਮ ਕਰਦਾ ਹੈ। ਯਾਨੀ ਕਿ ਸਾਡੀ ਬੋਡੀ ਦੇ ਅੰਦਰ ਹੀ ਸਾਡਾ ਜਿਹੜਾ ਉਸ ਕੁਦਰਤ ਨੇ ਸਾਨੂੰ ਐਸਾ ਬਣਾਇਆ ਹੈ ਕਿ ਜੋ ਜਜ਼ਬਾ ਪੈਦਾ ਹੋਇਆ ਉਸਨੂੰ ਰੋਕਣ ਦੇ ਵਾਸਤੇ ਇੱਕ ਪਾਰਟ ਨਾਲ ਦੇ ਨਾਲ ਕੰਮ ਕਰਨਾ ਸ਼ੁਰੂ ਵੀ ਕਰ ਦਿੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬਹੁਤੇ ਲੋਕਾਂ ਦੇ ਵਿੱਚ ਇਹ ਚੀਜ਼ ਕੰਮ ਕਿਉਂ ਨਹੀਂ ਕਰਦੀ। ਅਸੀਂ ਆਹ ਕਹਾਂਗੇ ਵੀ ਇਨਸਾਨ ਤੇ ਅਸੀਂ ਸਾਰੇ ਹੀ ਹਾਂ, ਹਿਊਮਨ ਬੀਂਗ ਤੇ ਅਸੀਂ ਸਾਰੇ ਹਾਂ, ਤੇ ਫਿਰ ਬਹੁਤੇ ਲੋਕਾਂ ਦੇ ਵਿੱਚ ਇਹ ਪਾਰਟ ਕੰਮ ਕਿਉਂ ਨਹੀਂ ਕਰਦਾ, ਉਹ ਆਪਣਾ ਆਪਾ ਕਿਉਂ ਜ਼ਿਆਦਾ ਖੋ ਜਾਂਦੇ ਨੇ। ਤੁਸੀਂ ਵੇਖਿਆ ਹੋਣਾ ਕਿ ਬਹੁਤ ਸਾਰੇ ਇਨਸਾਨ ਨੇ, ਅਸੀਂ ਸਾਰੇ ਹੀ ਲਗਭਗ, ਗੁੱਸਾ ਤੇ ਸਾਨੂੰ ਸਾਰਿਆਂ ਨੂੰ ਆਉਂਦਾ, ਪਰ ਕਈ ਵਾਰੀ ਅਸੀਂ ਉਸ ਚੀਜ਼ ਨੂੰ ਜਰ ਲੈਂਦੇ ਹਾਂ। ਕੋਈ ਬਾਹਰ ਕਿਸੇ ਨੇ, ਕੋਈ ਐਸੀ ਸਿਚੁਏਸ਼ਨ ਬਣ ਗਈ, ਸਾਨੂੰ ਕਿਸੇ ਨੇ ਅਬਿਊਜ਼ ਕੀਤਾ, ਗਾਲ ਕੱਢੀ, ਸਾਨੂੰ ਕੋਈ ਮਾੜਾ ਮੰਦਾ ਬੋਲਿਆ, ਸਾਨੂੰ ਕਿਸੇ ਰੂਪ ਦੇ ਅੰਦਰ ਕਿਸੇ ਨੇ ਮਾੜਾ ਚੰਗਾ ਬੋਲ ਦਿੱਤਾ, ਜਾਂ ਕੋਈ ਐਸੀ ਸਿਚੁਏਸ਼ਨ ਬਣ ਗਈ ਵੀ ਸਾਨੂੰ ਕ੍ਰੋਧ ਆਉਣਾ ਲਾਜ਼ਮੀ ਸੀਗਾ, ਔਰ ਅਸੀਂ ਭ੍ਰਸ਼ਟ ਹੋਣ ਹੀ ਵਾਲੇ ਸੀ, ਅਸੀਂ ਉਹਨੂੰ ਕਬੂਲ ਬੋਲਣ ਹੀ ਵਾਲੇ ਸੀ, ਅਸੀਂ ਆਪਣਾ ਹੱਥ ਚੁੱਕਣ ਹੀ ਵਾਲੇ ਸੀ, ਪਰ ਨਾਲ ਦੇ ਨਾਲ ਸਾਡਾ ਮਨ, ਸਾਡੇ ਸੋਚ ਨੇ ਜਾਂ ਉਸ ਪਾਰਟ ਨੇ ਇੱਕ ਆਪਣਾ ਕੰਮ ਕੀਤਾ ਔਰ ਅਸੀਂ ਸ਼ਾਂਤ ਹੋ ਗਏ, ਕਿਉਂਕਿ ਸਾਨੂੰ ਦੁਰਗਾਮੀ ਜਿਹੜੇ ਨਤੀਜੇ ਸਨ, ਜਿਹੜੇ ਉਹਦੇ ਵਿਨਾਸ਼ਕਾਰੀ ਨਤੀਜੇ ਸਨ, ਉਹ ਸਾਨੂੰ ਦਿਸ ਗਏ ਔਰ ਅਸੀਂ ਆਪਣੇ ਆਪ ਨੂੰ ਸ਼ਾਂਤ ਕਰ ਲਿਆ। ਪਰ ਐਸੇ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਆਪਣੇ ਇਸ ਜਜ਼ਬੇ ਨੂੰ ਕੰਟਰੋਲ ਨਹੀਂ ਕਰ ਪਾਉਂਦੇ। ਉਹਦੇ ਪਿੱਛੇ ਕੀ ਕਾਰਨ ਹੈ? ਉਹਦੇ ਪਿੱਛੇ ਕਾਰਨ ਹੀ ਇਹ ਹੈ ਕਿ ਦੇਖੋ, ਬੜੀ ਗਹਿਰੀ ਇਹ ਬਾਤ ਹੈ ਕਿ ਅਸੀਂ ਡਿਪਰੈਸ਼ਨ ਦੀਆਂ ਗੱਲਾਂ ਕਰਦੇ ਹਾਂ, ਔਰ ਖਾਸ ਤੌਰ ਤੇ ਲਗਭਗ ਹਰ ਇੱਕ ਸਾਡੇ ਲੈਕਚਰ ਦੇ ਅੰਦਰ ਕਹਿ ਲਓ ਜਾਂ ਟੌਪਿਕਸ ਦੇ ਵਿੱਚ, ਅਸੀਂ ਕਲਾਸ ਦੇ ਵਿੱਚ ਨਾ ਬਹੁਤ ਸਾਰਾ ਡਿਪਰੈਸ਼ਨ ਦਾ ਅਸੀਂ ਯੂਜ਼ ਕਰਦੇ ਹਾਂ, ਵਰਡ ਵੀ ਯੂਜ਼ ਕਰਦੇ ਹਾਂ, ਔਰ ਅਸੀਂ ਇਹਦੇ ਉੱਤੇ ਗੱਲਬਾਤ ਵੀ ਬਹੁਤ ਸਾਰੀ ਕੀਤੀ ਹੈ। ਗਿਆਨੀ ਜੀ ਨੇ ਵੀ ਆਪ ਜੀ ਦੇ ਨਾਲ ਬਹੁਤ ਸਾਰਾ ਆਪ ਨੂੰ ਬੜੇ ਡੀਪ ਲੈਵਲ ਤੇ ਜਾ ਕੇ ਡਿਪਰੈਸ਼ਨ ਦੇ ਬਾਰੇ ਸਮਝਾਇਆ। ਜਿਹੜਾ ਹਾਈਲੀ ਡਿਪਰੈਸਡ ਇਨਸਾਨ ਹੁੰਦਾ ਹੈ ਨਾ, ਹਾਈਲੀ ਡਿਪਰੈਸਡ ਇਨਸਾਨ, ਉਹਦਾ ਜਿਹੜਾ ਇਹ ਫਰੰਟਲ ਆਰਬਿਟਲ ਕੋਰਟੈਕਸ ਵਾਲਾ ਪਾਰਟ ਹੁੰਦਾ ਹੈ ਜਿਸਨੇ ਕਿ ਰੋਕਣਾ ਹੁੰਦਾ ਇਸ ਜਜ਼ਬੇ ਨੂੰ, ਉਹ ਕੰਮ ਕਰਨਾ ਬੰਦ ਕਰ ਦਿੰਦਾ, ਉਹਦਾ ਟੋਟਲੀ ਫੇਲੀਅਰ ਹੋ ਜਾਂਦਾ। ਇਸ ਕਰਕੇ ਉਹਦਾ ਆਪਣੇ ਦਿਮਾਗ ਦੇ ਉੱਤੇ ਜ਼ੋਰ ਨਹੀਂ ਰਹਿੰਦਾ, ਇਸ ਕਰਕੇ ਉਹ ਫੱਟ ਪੈਂਦਾ ਹੈ, ਨਿੱਕੀ ਨਿੱਕੀ ਗੱਲ ਤੇ ਝਗੜ ਪੈਂਦਾ ਹੈ, ਨਿੱਕੀ ਨਿੱਕੀ ਗੱਲ ਤੇ ਝਗੜਾ ਕਰਦਾ ਹੈ। ਸੋ ਕਈ ਵਾਰੀ ਅਸੀਂ ਉਸ ਇਨਸਾਨ ਤੋਂ ਨਫ਼ਰਤ ਕਰਨਾ ਸ਼ੁਰੂ ਕਰ ਦਿੰਦੇ ਹਾਂ, ਪਰ ਉਸ ਇਨਸਾਨ ਤੋਂ ਨਫ਼ਰਤ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਚੀਜ਼ ਉਹਦੇ ਵੱਸ ਦੇ ਵਿੱਚ ਨਹੀਂ, ਉਹ ਉਸ ਸਮੇਂ ਦੇ ਅੰਦਰ ਰੋਗੀ ਹੋ ਚੁੱਕਿਆ ਹੁੰਦਾ ਹੈ। ਰੋਗੀ ਦੇ ਨਾਲ ਕੈਸਾ ਵਿਵਹਾਰ ਕਰਨਾ ਚਾਹੀਦਾ ਹੈ, ਇਹ ਡਾਕਟਰ ਕੋਲੋਂ ਸਿੱਖੋ ਕਿ ਡਾਕਟਰ ਕਿਵੇਂ ਇੱਕ ਰੋਗੀ ਦੇ ਨਾਲ ਵਿਵਹਾਰ ਕਰਦਾ ਹੈ। ਹੁਣ ਡਾਕਟਰ ਦੇ ਕੋਲ ਕੋਈ ਚਲਾ ਜਾਏ, ਡਾਕਟਰ ਮਰੀਜ਼ ਨੂੰ ਜਦੋਂ ਕਦੇ ਉਹਦਾ ਚੀਰ ਫਾੜ ਕਰਦਾ ਹੈ, ਜਾਂ ਜਦੋਂ ਸਟਿਚਿਸ ਲਾਉਂਦੇ ਨੇ, ਜਾਂ ਕੋਈ ਇੰਜੈਕਸ਼ਨ ਲਾਉਂਦੇ, ਲੱਤਾਂ ਵੀ ਮਾਰ ਦਿੰਦੇ ਨੇ ਬੱਚੇ, ਗਾਲਾਂ ਵੀ ਕੱਢ ਦਿੰਦੇ ਨੇ, ਪਰ ਡਾਕਟਰ ਨੂੰ ਪਤਾ ਹੈ ਕਿ ਇਹਦੇ ਵਿੱਚ ਇਹਦਾ ਭਲਾ ਹੋਏਗਾ। ਸੋ ਇਸੇ ਤਰ੍ਹਾਂ ਕਦੇ ਵੀ
ਜਿਹੜਾ ਕ੍ਰੋਧਿਤ ਇਨਸਾਨ ਹੈ, ਜੇ ਸਾਡਾ ਮੈਂਟਲ ਸਟੇਟ ਉੱਚਾ ਹੈ, ਜੇ ਸਾਡਾ ਮੈਂਟਲ ਸਟੇਟ ਸਟਰੋਂਗ ਹੈ, ਤੇ ਅਸੀਂ ਐਸੇ ਕ੍ਰੋਧਿਤ ਹੋਏ ਦੇ ਅੰਦਰ ਜਜ਼ਬੇ ਦੇ ਵਿੱਚ ਪਏ ਹੋਏ ਇਨਸਾਨ ਦੇ ਨਾਲ ਪਰਤ ਕੇ ਬੁਰਾ ਵਿਵਹਾਰ ਨਹੀਂ ਕਰਾਂਗੇ ਜੈਸਾ ਵਿਵਹਾਰ ਉਹ ਸਾਡੇ ਨਾਲ ਕਰ ਰਿਹਾ ਹੈ, ਕਿਉਂਕਿ ਉਹਦੀ ਤੇ ਮਜਬੂਰੀ ਹੈ, ਉਸ ਮਜਬੂਰੀ ਦੇ ਵਸ ਅਧੀਨ ਹੋ ਕੇ ਐਸਾ ਵਿਵਹਾਰ ਕਰ ਰਿਹਾ ਹੈ। ਪਰ ਸਾਡੀ ਕੀ ਮਜਬੂਰੀ ਹੈ? ਜੇ ਅਸੀਂ ਮੈਂਟਲੀ ਸਟਰੋਂਗ ਹਾਂ, ਅਸੀਂ ਬਾਣੀ ਪੜ੍ਹਨ ਵਾਲੇ ਹਾਂ, ਅਸੀਂ ਬਾਣੀ ਦੇ ਨਾਲ ਜੁੜੇ ਹਾਂ, ਅਸੀਂ ਪੰਕਤੀ ਪੜ੍ਹਦੇ ਹਾਂ, ਫਰੀਦਾ ਬੁਰੇ ਕਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਿਰ ਪਿੱਛ ਪਾਏ। ਹੁਣ ਦੇਹੀ ਰੋਗ ਦੇ ਨਾਲ ਉਹ ਦੋ ਚਾਰ ਤਾਂ ਹੀ ਹੋ ਰਿਹਾ ਹੈ ਨਾ, ਕਾਰਨ ਹੀ ਇਹ ਹੈ ਕਿ ਜਦੋਂ ਅਸੀਂ ਅਕੋਰਡਿੰਗਲੀ ਬਿਹੇਵ ਨਹੀਂ ਕਰਦੇ ਤੇ ਸਾਡੀ ਦੇਹੀ ਨੂੰ ਰੋਗ ਲੱਗ ਜਾਂਦੇ ਨੇ, ਫਿਰ ਉਹ ਕ੍ਰੋਧਿਤ ਹੋਇਆ ਇਨਸਾਨ ਉਹ ਹਾਈਪਰ ਟੈਂਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ, ਉਹ ਕ੍ਰੋਧ ਦੇ ਅੰਦਰ ਗਰਸਿਆ ਹੋਇਆ ਇਨਸਾਨ ਉਹਦੇ ਉਹਨੂੰ ਪੈਪਟਿਕ ਅਲਸਰ ਹੋ ਜਾਂਦਾ ਹੈ, ਪੇਟ ਦੇ ਵਿੱਚ ਪੈਪਟਿਕ ਅਲਸਰ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹ ਕ੍ਰੋਧ ਦੇ ਅੰਦਰ ਗਰਸਿਆ ਹੋਇਆ ਇਨਸਾਨ ਉਹਦੇ ਸਿਰ ਦੇ ਅੰਦਰ ਪੀੜ ਜਿਹੜੀ ਹੈ ਉਹ ਰਹਿਣੀ ਸ਼ੁਰੂ ਹੋ ਜਾਂਦੀ ਹੈ, ਔਰ ਬਹੁਤ ਸਾਰੇ ਉਹਦੇ ਜੀਵਨ ਦੇ ਅੰਦਰ ਸਮੱਸਿਆ ਆ ਕੇ ਖੜੀ ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਗੁਰੂ ਸਾਹਿਬ ਨੇ ਇਹ ਸਮਝਾਇਆ ਹੈ ਕਿ ਯਾਦ ਰੱਖੋ, ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਇਹ ਜਿਹੜੇ ਕਾਮ ਤੇ ਕ੍ਰੋਧ ਨੇ ਇਹ ਸਾਡੀ ਕਾਇਆ ਨੂੰ ਗਾਲਦੇ ਨੇ, ਇਹ ਜਜ਼ਬੇ ਸਾਡੀ ਕਾਇਆ ਦਾ ਨੁਕਸਾਨ ਕਰਾਉਂਦੇ ਨੇ, ਇਹ ਸਾਡੇ ਸਰੀਰ ਦਾ, ਸਾਡੇ ਮਨ ਦਾ, ਸਾਡੀ ਸੋਚ ਦਾ ਨੁਕਸਾਨ ਕਰਾਉਂਦੇ ਨੇ। ਕਿਉਂ, ਕਿਵੇਂ ਹੁੰਦਾ ਹੈ ਕਿ ਜਦੋਂ ਇਨਸਾਨ ਕ੍ਰੋਧ ਦੇ ਵਸ ਪਿਆ ਆਪਣੇ ਆਪੇ ਨੂੰ ਖੋ ਦਿੰਦਾ ਹੈ, ਇਹ ਆਪਣਾ ਡਿਸੀਜਨ ਨਹੀਂ ਲੈ ਪਾਉਂਦਾ, ਕ੍ਰੋਧਿਤ ਹੋਇਆ ਇਨਸਾਨ ਆਪਣਾ ਡਿਸੀਜਨ ਸਹੀ ਨਹੀਂ ਲੈ ਸਕਦਾ, ਕ੍ਰੋਧ ਦੇ ਵਿੱਚ ਪਿਆ ਹੋਇਆ ਇਨਸਾਨ ਠੀਕ ਜਜਮੈਂਟ ਨਹੀਂ ਕਰ ਸਕਦਾ। ਜਿਹੜਾ ਕ੍ਰੋਧਿਤ ਇਨਸਾਨ ਹੋਏਗਾ ਨਾ, ਉਹ ਕਦੇ ਵੀ ਚੰਗੀ ਜਜਮੈਂਟ ਨਹੀਂ ਕਰ ਪਾਏਗਾ। ਕ੍ਰੋਧ ਦੇ ਅੰਦਰ, ਕ੍ਰੋਧ ਦੇ ਵਸ ਪਿਆ ਹੋਇਆ ਇਨਸਾਨ, ਘਰ ਵਿੱਚ ਕੋਈ ਲੜਾਈ ਹੋ ਗਈ, ਝਗੜਾ ਹੋ ਗਿਆ, ਬੰਦਾ ਟ੍ਰਿਗਰ ਹੋ ਜਾਂਦਾ ਹੈ, ਕ੍ਰੋਧ ਦੇ ਅੰਦਰ ਆ ਜਾਂਦਾ ਹੈ। ਕ੍ਰੋਧ ਦੇ ਵਸ ਪੈ ਕੇ ਜੇ ਬੰਦਾ ਆਪ ਵੀ ਕ੍ਰੋਧਿਤ ਹੋ ਗਿਆ, ਤੇ ਉਸ ਕ੍ਰੋਧਿਤ ਹੋਏ ਇਨਸਾਨ ਤੋਂ ਜੇ ਤੁਸੀਂ ਸੋਚੋ ਕਿ ਘਰ ਦੇ ਅੰਦਰ ਸੁੱਖ ਸ਼ਾਂਤੀ ਦੀ ਅਸੀਂ ਆਸ ਕਰ ਸਕਦੇ ਹਾਂ ਜਾਂ ਉਹ ਝਗੜੇ ਨੂੰ ਸੁਲਝਾ ਸਕਦਾ ਹੈ, ਕਦੇ ਨਹੀਂ ਹੋ ਸਕਦਾ। ਜੇ ਦੋ ਬੰਦੇ ਝਗੜਾ ਕਰ ਰਹੇ ਨੇ, ਤੀਜਾ ਪਰਿਵਾਰ ਦਾ ਮੈਂਬਰ ਆਪਣੇ ਆਪ ਨੂੰ ਸ਼ਾਂਤ ਰੱਖੇ, ਤਾਂ ਹੀ ਉਹ ਚੰਗਾ ਡਿਸੀਜਨ ਲੈ ਸਕਦਾ ਹੈ, ਤਾਂ ਹੀ ਉਹ ਚੰਗੀ ਜਜਮੈਂਟ ਕਰ ਸਕਦਾ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਕ੍ਰੋਧ ਜਿਹੜਾ ਹੈ ਸਾਡੇ ਜਜਮੈਂਟ ਔਰ ਸਾਡੇ ਡਿਸੀਜਨ ਤੇ ਪ੍ਰਭਾਵ ਪਾਉਂਦਾ ਹੈ। ਹੁਣ ਇਸ ਤੋਂ ਅਗਲਾ ਅਸੀਂ ਸਟੈਪ ਜਿਹੜਾ ਹੈ ਉਹ ਲੈਂਦੇ ਹਾਂ ਕ੍ਰੋਧ ਦਾ, ਕਿ ਕੀ ਵਾਕਈ ਕ੍ਰੋਧ ਸਭ ਕੁਛ ਕਰਾਉਂਦਾ ਹੈ? ਇਹ ਗੱਲ ਬੜੀ ਧਿਆਨ ਦੇ ਨਾਲ ਸਮਝਣ ਵਾਲੀ ਹੈ ਕਿ ਵਾਕਈ ਕਿਸੇ ਨੂੰ ਅਸੀਂ ਲੇਬਲ ਕਰ ਸਕਦੇ ਹਾਂ ਕ੍ਰੋਧਿਤ ਇਨਸਾਨ, ਜੋ ਉਹ ਐਕਟ ਕਰ ਰਿਹਾ ਹੈ, ਜਿੱਦਾਂ ਦਾ ਉਹ ਵਿਵਹਾਰ ਹੈ ਉਹਦਾ, ਬੜਾ ਉੱਚਾ ਬੋਲਦਾ ਹੈ, ਇਕਦਮ ਭ੍ਰਸ਼ਟ ਹੋ ਜਾਂਦਾ ਹੈ, ਚੀਕਦਾ ਹੈ, ਚਲਾਉਂਦਾ ਹੈ, ਆਪਣੇ ਘਰ ਦਾ ਸਮਾਨ ਤੋੜਦਾ ਹੈ, ਕਿ ਵਾਕਈ ਕ੍ਰੋਧ ਦੇ ਅਧੀਨ ਹੋ ਕੇ ਤੋੜ ਰਿਹਾ? ਜੇ ਅਸੀਂ ਧਿਆਨ ਦੇ ਨਾਲ ਇਸ ਗੱਲ ਨੂੰ ਸਮਝਾਂਗੇ, ਕ੍ਰੋਧ ਦੇ ਅਧੀਨ ਹੋ ਕੇ ਉਹ ਇਸ ਜਜ਼ਬੇ ਦੇ ਅਧੀਨ ਹੋ ਕੇ ਉਹ ਸਾਰਾ ਕੁਝ ਨਹੀਂ ਕਰ ਰਿਹਾ, ਉਹਦੇ ਪਿੱਛੇ ਹੋਰ ਕਾਰਨ ਹੁੰਦਾ ਹੈ। ਹਾਂ, ਅਸੀਂ ਇੱਕ ਲੇਬਲ ਕਰ ਦਿੰਦੇ ਹਾਂ ਕਿਸੇ ਨੂੰ, ਆਹ ਬੰਦਾ ਬੜਾ ਕ੍ਰੋਧਿਤ ਹੈ ਜੀ, ਬੰਦਾ ਬੜਾ ਗੁੱਸੇ ਦੇ ਵਿੱਚ ਬੋਲਦਾ ਹੈ, ਬੰਦੇ ਦੇ ਅੰਦਰ ਬਹੁਤ ਗੁੱਸਾ ਹੈ, ਬੰਦਾ ਜਿਹੜਾ ਹੈ ਇਹ 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 ਗੁੱਸੈਲ ਹੈ, ਅਸੀਂ ਉਹਦੀ ਲੇਬਲਿੰਗ ਕਰ ਦਿੱਤੀ। ਪਰ ਅਸਲ ਦੇ ਵਿੱਚ, ਅਸਲ ਦੇ ਅੰਦਰ ਇਹਦੇ ਪਿੱਛੇ ਕੁਝ ਹੋਰ ਕਾਰਨ ਹੁੰਦੇ ਨੇ। ਹੁਣ ਵੇਖੋ, ਕਈ ਇਨਸਾਨ ਉਦਾਸ ਹੁੰਦੇ ਨੇ, ਕ੍ਰੋਧਿਤ ਨਹੀਂ ਹੁੰਦੇ, ਉਦਾਸੀ ਕਾਰਨ ਹੁੰਦਾ ਹੈ, ਪਰ ਜਦੋਂ ਉਹਨਾਂ ਦੇ ਨਾਲ ਕੋਈ ਗੱਲ ਕਰਨ ਦਾ ਯਤਨ ਕਰਦਾ ਹੈ, ਬੰਦਾ ਪਹਿਲੇ ਹੀ ਉਦਾਸ ਬੈਠਿਆ ਹੈ, ਜਜ਼ਬਾ ਕੋਈ ਹੋਰ ਹੈ, ਬੰਦਾ ਵਿੱਚ ਜਾ ਕੇ ਟੋਕਦਾ ਹੈ, ਇੱਕ ਵਾਰੀ ਟੋਕਿਆ, ਦੋ ਵਾਰੀ ਟੋਕਿਆ, ਉਹਦੇ ਨਾਲ ਕੋਈ ਬੁਲੀ ਕੀਤੀ, ਕੋਈ ਮਖੌਲ ਕੀਤਾ, ਕੋਈ ਹਾਸਾ ਠੱਠਾ ਕੀਤਾ, ਹੁਣ ਉਹ ਬੰਦਾ ਜਿਹੜਾ ਹੈ ਇੱਕਦਮ ਫਟ ਪਿਆ, ਪਰ ਉਹਦੇ ਪਿੱਛੇ ਕ੍ਰੋਧ ਕਾਰਨ ਨਹੀਂ, ਕਾਰਨ ਉਦਾਸੀ ਦਾ ਹੈ, ਜਜ਼ਬਾ ਇਮੋਸ਼ਨ ਉਦਾਸੀ ਦਾ ਹੈ। ਇੱਕ ਹੋਰ ਜਿਹੜਾ ਆਮ ਤੌਰ ਤੇ ਸਾਡੇ ਘਰਾਂ ਥਾਵਾਂ ਦੇ ਵਿੱਚ ਇਹ ਚੀਜ਼ ਬਹੁਤ ਵਾਰੀ ਸਾਨੂੰ ਪਰੇਸ਼ਾਨ ਕਰਦੀ ਹੈ, ਔਰ ਬਹੁਤ ਸਾਰੇ ਸਾਡੇ ਆਪਣੇ ਪਰਿਵਾਰਕ ਮੈਂਬਰ ਕਹਿ ਲਓ ਜਾਂ ਦੁਨੀਆਂ ਦੇ ਹਰ ਘਰ ਦੇ ਅੰਦਰ ਇਹ ਜਿਹੜੀ ਘਰਾਂ ਥਾਵਾਂ ਦੇ ਇਹ ਹਾਲ ਨੇ ਕਿ ਹਰ ਘਰ ਦੇ ਅੰਦਰ ਸਾਨੂੰ ਐਸਾ ਮੈਂਬਰ ਮਿਲ ਜਾਏਗਾ। ਹੁਣ ਕੋਈ ਮੈਂਬਰ ਗਲਤ ਕੰਮ ਕਰ ਜਾਂਦਾ ਹੈ, ਕੋਈ ਇਨਸਾਨ ਗਲਤ ਕੰਮ ਕਰਦਾ ਹੈ ਕਿਸੇ ਪਰਿਵਾਰ ਦੇ ਵਿੱਚ,
ਕਿਸੇ ਸਮਾਜ ਦੇ ਵਿੱਚ, ਕੋਈ ਆਂਢ ਗੁਆਂਢ ਦੇ ਵਿੱਚ, ਕਿਸੇ ਆਫਿਸ ਦੇ ਵਿੱਚ, ਕੋਈ ਸਾਡਾ ਕੁਲੀਗ ਜਾਂ ਜਿੱਥੇ ਅਸੀਂ ਕੰਮ ਕਾਰ ਕਰਦੇ ਹਾਂ, ਬਿਜ਼ਨਸ ਕਰਦੇ ਹਾਂ, ਜਿਹੜਾ ਸਾਡਾ ਆਲਾ ਦੁਆਲਾ ਹੈ, ਉਹਦੇ ਵਿੱਚੋਂ ਕੋਈ ਇਨਸਾਨ ਗਲਤ ਕੰਮ ਕਰ ਜਾਂਦਾ ਹੈ ਔਰ ਉਹ ਜਿਹੜਾ ਉਸਨੇ ਗਲਤ ਕੰਮ ਕੀਤਾ ਹੈ, ਉਸ ਗਲਤ ਕੰਮ ਕਰਕੇ ਉਸਨੂੰ ਕਿਤੇ ਨਾ ਕਿਤੇ ਗਿਲਟ ਹੁੰਦਾ ਹੈ ਅੰਦਰ। ਉਸ ਗਿਲਟ ਦੇ, ਉਸ ਸ਼ਰਮ ਦੇ ਬੋਝ ਦੇ ਥੱਲੇ ਦੱਬ ਕੇ ਕਈ ਵਾਰੀ ਉਹ ਭ੍ਰਸ਼ਟ ਹੋ ਜਾਂਦਾ ਹੈ ਆਪਣੇ ਹੀ ਕਿਸੇ ਮੈਂਬਰ ਦੇ ਉੱਤੇ, ਆਪਣੇ ਕਿਸੇ ਜੀ ਦੇ ਉੱਤੇ। ਉਸ ਬੋਝ ਨੂੰ ਚੁੱਕ ਨਹੀਂ ਸਕਦਾ ਜੋ ਕੁਝ ਉਸਨੇ ਪਾਪ ਅਪਰਾਧ ਜਾਂ ਕੋਈ ਕੋਈ ਐਸਾ ਅਨੈਤਿਕ ਕਰਮ ਕੀਤਾ ਹੁੰਦਾ ਹੈ, ਉਸ ਪਾਪ ਦੇ ਬੋਝ ਨੂੰ ਚੱਕ ਨਹੀਂ ਸਕਦਾ। ਫਿਰ ਉਸ ਨੂੰ ਤਬਦੀਲ ਕਰਨ ਦੇ ਵਾਸਤੇ, ਉਹ ਉਸ ਗਿਲਟ ਵਿੱਚੋਂ ਨਿਕਲਣ ਦੇ ਵਾਸਤੇ ਇੱਕ ਆਪਣਾ ਸੁਭਾਅ ਬਣਾ ਲੈਂਦਾ ਹੈ, ਜਿਹਦੇ ਵਿੱਚੋਂ ਕ੍ਰੋਧ ਨਿਕਲ ਕੇ ਹੁੰਦਾ ਹੈ, ਜਿਹਦੇ ਵਿੱਚੋਂ ਕ੍ਰੋਧ ਜਿਹੜਾ ਹੈ ਉਹ ਆ ਕੇ ਔਰ ਇਸ ਕ੍ਰੋਧ ਦੇ ਅਧੀਨ ਹੋ ਕੇ ਉਹ ਫਿਰ ਯਲ ਕਰਦਾ ਹੈ, ਉੱਚਾ ਬੋਲਦਾ ਹੈ, ਸਮਾਨ ਤੋੜਦਾ ਹੈ ਜਾਂ ਆਪਣੇ ਜੀਆਂ ਨੂੰ ਗੋਲ ਗੋਲ ਕਰਦਾ ਹੈ। ਅਸਲ ਵਿੱਚ ਉਸ ਟਾਈਮ ਦੇ ਅੰਦਰ ਕ੍ਰੋਧ ਤੋਂ ਕਿਤੇ ਜ਼ਿਆਦਾ ਜਿਹੜਾ ਇਮੋਸ਼ਨ, ਜਿਹੜਾ ਜਜ਼ਬਾ ਕੰਮ ਕਰ ਰਿਹਾ ਹੁੰਦਾ ਹੈ, ਇਹ ਗਿਲਟ ਔਰ ਸ਼ੇਮ ਵਾਲਾ ਜਜ਼ਬਾ, ਕਿਤੇ ਨਾ ਕਿਤੇ ਉਹ ਪਛਤਾਵੇ ਵਾਲਾ ਜਿਹੜਾ ਭਾਵ ਉਹ ਜ਼ਿਆਦਾ ਕੰਮ ਕਰ ਰਿਹਾ ਹੁੰਦਾ ਹੈ। ਇਸ ਕਰਕੇ ਉਹ ਬੰਦਾ ਕ੍ਰੋਧ ਕਰਦਾ ਹੈ। ਕ੍ਰੋਧ ਤੇ ਸਿਰਫ ਇੱਕ ਬਾਹਰਲੀ ਆਵਰਣ ਹੈ, ਪਿੱਛੇ ਸਮੱਸਿਆ ਜਿਹੜੀ ਹੈ ਉਹ ਕੋਈ ਹੋਰ ਪਈ ਹੁੰਦੀ ਹੈ। ਸੋ ਜਦੋਂ ਕੋਈ ਇਨਸਾਨ, ਸਾਡਾ ਆਪਣਾ ਕੋਈ ਮੈਂਬਰ ਪਰਿਵਾਰਕ ਜਦੋਂ ਫਟਦਾ ਹੈ, ਭ੍ਰਸ਼ਟ ਕਰਦਾ ਹੈ, ਯਲ ਕਰਦਾ ਹੈ, ਉੱਚਾ ਬੋਲਦਾ ਹੈ ਸਾਡੇ ਉੱਤੇ, ਗਲਤ ਬੋਲਦਾ ਹੈ ਜਾਂ ਅਬਿਊਜ਼ ਕਰਦਾ ਹੈ, ਸੋ ਉਹਦੇ ਪਿੱਛੇ ਕਾਰਨ ਕੀ ਹੁੰਦਾ ਹੈ? ਉਹਦੇ ਪਿੱਛੇ ਕਾਰਨ ਹੁੰਦਾ ਹੈ ਕਿ ਮਖੋਟਾ ਕ੍ਰੋਧ ਹੈ ਪਰ ਫੀਲਿੰਗ ਕਿਤੇ ਕੁਝ ਹੋਰ ਚੱਲ ਰਹੀ ਹੁੰਦੀ ਹੈ। ਸੋ ਵਾਕਈ ਕ੍ਰੋਧ ਸਭ ਕੁਝ, ਕੀ ਵਾਕਈ ਕ੍ਰੋਧ ਸਭ ਕੁਝ ਕਰਾਉਂਦਾ ਹੈ? ਨਹੀਂ। ਔਰ ਇਹ ਇਹ ਬਾਕਾਇਦਾ ਇਹ ਜਿਹੜੀ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝਾ ਕਰ ਰਿਹਾ, ਇਹਦੇ ਉੱਤੇ ਸਟੱਡੀ ਹੋ ਚੁੱਕੀ ਹੈ। ਕ੍ਰੋਧ ਆਪਣੇ ਆਪ ਦੇ ਵਿੱਚ ਸਾਰਾ ਕੁਝ ਨਹੀਂ ਕਰਾਉਂਦਾ, ਕ੍ਰੋਧ ਸਿਰਫ ਇੱਕ ਮਖੋਟਾ ਹੁੰਦਾ ਹੈ, ਪਿੱਛੇ ਕੁਝ ਹੋਰ ਜਜ਼ਬੇ ਜਿਹੜੇ ਨੇ ਉਹ ਕੰਮ ਕਰ ਰਹੇ ਹੁੰਦੇ ਨੇ। ਇਸ ਕਰਕੇ ਸਾਨੂੰ ਗੁਰੂ ਸਾਹਿਬ ਜੀ ਵਾਰ ਵਾਰ ਸਮਝਾਉਂਦੇ ਨੇ ਕਿ ਜਿਨ ਮਨ ਹੋਰ ਮੁਖ ਹੋਰ ਸੇ ਕੰਡ ਖਿੱਚੇ। ਇਸੇ ਕਰਕੇ ਵਾਰ ਵਾਰ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਮਨ, ਵਚਨ ਔਰ ਕਰਮ ਦੇ ਵਿੱਚ ਸਾਡੀ ਇਕਸਾਰਤਾ ਹੋਣੀ ਚਾਹੀਦੀ ਹੈ। ਗੁਰਬਾਣੀ ਪੜ੍ਹਨ ਵਾਲੇ ਮਨ ਕਰਕੇ ਵੀ ਗੁਰਬਾਣੀ ਨਾਲ ਜੁੜਨ, ਜ਼ੁਬਾਨ ਕਰਕੇ ਵੀ ਗੁਰਬਾਣੀ ਨਾਲ ਜੁੜਨ ਔਰ ਆਪਣੇ ਬਿਹੇਵੀਅਰ ਕਰਕੇ ਵੀ ਗੁਰਬਾਣੀ ਨੂੰ ਫਾਲੋ ਕਰਨ ਵਾਲੇ ਹੋਣ, ਤਾਂ ਕਿ ਉਹ ਅੰਦਰੋਂ ਬਾਹਰੋਂ ਇੱਕ ਹੋਣ ਦੇ ਰਾਹ ਦੇ ਉੱਤੇ ਚੱਲ ਸਕੇ। ਇਸ ਤੋਂ ਅਗਲਾ ਜਿਹੜਾ ਪੁਆਇੰਟ ਹੈ ਉਹ ਅਸੀਂ ਵਿਚਾਰ ਰਹੇ ਹਾਂ। ਵੇਖੋ, ਅੱਜ ਜਿਹੜੇ ਕ੍ਰੋਧ ਦੇ ਬਾਬਤ ਅਸੀਂ ਇਹ ਪੁਆਇੰਟਸ ਜਿਹੜੇ ਵਿਚਾਰ ਰਹੇ ਹਾਂ, ਇਹ ਥੋੜੇ ਜਿਹੇ ਲੀਕ ਤੋਂ ਹਟ ਕੇ ਨੇ, ਕਿਉਂਕਿ ਅਸੀਂ ਵਿਚਾਰ ਇਹ ਕਲਾਸ ਦੇ ਵਿੱਚ ਇਸ ਕਰਕੇ ਸਾਂਝੇ ਕਰ ਰਹੇ ਹਾਂ ਕਿ ਸਾਨੂੰ ਪਰਸਨਲ, ਸਾਡੀ ਲਾਈਫ ਦੇ ਵਿੱਚ, ਸਾਡੇ ਪਰਿਵਾਰਕ ਤੌਰ ਦੇ ਉੱਤੇ ਸਾਨੂੰ ਇਸ ਕਲਾਸ ਦਾ ਕੁਝ ਲਾਭ ਹੋ ਸਕੇ ਔਰ ਅਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸੁਚੱਜੀ ਬਣਾ ਸਕੀਏ। ਗੁਰਬਾਣੀ ਦੇ ਅੰਦਰ ਬਹੁਤ ਵਾਰੀ ਅਸੀਂ ਸੁਣਿਆ ਹੈ ਕਿ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾਂਗਾ ਵਾਰ। ਬਹੁਤ ਵਾਰੀ ਅਸੀਂ ਇਹ ਪੜ੍ਹਿਆ ਸੁਣਿਆ ਹੈ ਕਿ ਸਾਡੀ ਜ਼ੁਬਾਨ ਦੇ ਵਿੱਚ ਮਿਠਾਸ ਹੋਣੀ ਚਾਹੀਦੀ ਹੈ, ਪਰ ਕੀ ਸਾਡੇ ਜ਼ੁਬਾਨ ਦੇ ਅੰਦਰ ਮਿਠਾਸ ਹੈ? ਕੀ ਅਸੀਂ ਆਪਣੇ ਜੀਆਂ ਨਾਲ ਕ੍ਰੋਧ ਦੇ ਨਾਲ ਲਬਰੇਜ਼ ਬੋਲੀ ਬੋਲਦੇ ਹਾਂ, ਕਿ ਉਹੀ ਤੇਜ਼ਾਬ ਦੇ ਛਿੱਟੇ ਪਾਉਂਦੇ ਹਾਂ, ਕਿ ਅਸੀਂ ਆਪ ਵੀ ਸੜਦੇ ਹਾਂ? ਕਹਿੰਦੇ ਨਾ ਵੀ ਕ੍ਰੋਧ ਨੂੰ ਰੱਖਣ ਵਾਲਾ, ਪਾਲਣ ਵਾਲਾ ਇਨਸਾਨ ਸਭ ਤੋਂ ਪਹਿਲਾਂ ਤਾਂ ਉਹ ਭਾਂਡਾ ਤੇਜ਼ਾਬ ਦੀ ਨਿਆਈ ਹੁੰਦਾ ਵੀ ਉਹ ਭਾਂਡਾ ਗਾਲਦਾ ਹੈ, ਫਿਰ ਜਿਹਦੇ ਉੱਤੇ ਉਹ ਪੈਂਦਾ ਹੈ ਉਹਨੂੰ ਵੀ ਗਾਲ ਦਿੰਦਾ ਹੈ। ਵਰਬਲ ਜਿਹੜਾ ਅਬਿਊਜ਼ ਹੈ, ਵਰਬਲ ਅਬਿਊਜ਼ ਕਹਿੰਦੇ ਨੇ ਜ਼ੁਬਾਨ ਤੋਂ ਕਿਸੇ ਨੂੰ ਮੰਦਾ ਬੋਲਣਾ ਕ੍ਰੋਧ ਦੀ ਅਵਸਥਾ ਦੇ ਅੰਦਰ, ਖਾਸ ਤੌਰ ਤੇ ਬੱਚਿਆਂ ਨੂੰ, ਖਾਸ ਤੌਰ ਤੇ ਟੀਨੇਜ ਬੱਚਿਆਂ ਨੂੰ, ਯੰਗ ਬ੍ਰੇਨਸ ਨੇ ਜਿਹੜੇ, ਮਾਪੇ ਸੋਚ ਵੀ ਨਹੀਂ ਸਕਦੇ ਉਹ ਆਪਣੇ ਬੱਚਿਆਂ ਦਾ ਕਿੱਡਾ ਵੱਡਾ ਨੁਕਸਾਨ ਕਰਦੇ। ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਜ਼ੁਬਾਨੀ, ਅਸੀਂ ਕਹਿੰਦੇ ਮੈਂ ਬੱਚੇ ਨੂੰ ਮਾਰਦਾ ਨਹੀਂ ਜੀ, ਮੈਂ ਤੇ ਅੱਜ ਤੱਕ ਮਾਰਿਆ ਨਹੀਂ ਬੱਚੇ ਨੂੰ, ਠੀਕ ਹੈ, ਬੜੀ ਚੰਗੀ ਗੱਲ ਆ, ਨਹੀਂ ਮਾਰਿਆ, ਪਰ ਜਿਹੜੇ ਵਰਬਲ ਅਬਿਊਜ਼ ਵੀ ਕਰਦੇ ਨੇ, ਜ਼ੁਬਾਨ ਤੋਂ ਜਿਹੜੇ ਮੰਦਾ ਬੋਲਦੇ ਨੇ ਆਪਣੇ ਬੱਚਿਆਂ ਨੂੰ,
ਉਹ ਸਾਡੇ ਉਹਨਾਂ ਬੱਚਿਆਂ ਦੇ ਬ੍ਰੇਨ ਤੇ ਕਿੰਨਾ ਜ਼ਿਆਦਾ ਅਸਰ ਪਾਉਂਦਾ ਹੈ, ਕਿੰਨੇ ਡੀਪ ਲੈਵਲ ਤੇ ਅਸਰ ਪਾਉਂਦਾ ਹੈ। ਹੁਣ ਉਸ ਬੱਚੇ ਦੀ ਮਾਨਸਿਕ ਅਵਸਥਾ ਤੇ ਮਾਨਸਿਕ ਹਾਲਾਤ ਕੈਸੀ ਹੋ ਜਾਂਦੀ ਹੈ, ਕਦੇ ਇਹਦੇ ਬਾਬਤ ਜਿਹੜਾ ਹੈ ਉਸ ਅਸੀਂ ਸੋਚਿਆ। ਮੈਂ ਖਾਸ ਤੌਰ ਤੇ ਉਹਨਾਂ ਪੇਰੈਂਟਸ ਦੇ ਨਾਲ, ਉਹਨਾਂ ਮਾਪਿਆਂ ਨੂੰ ਇਹ ਗੱਲ ਅਪੀਲ ਕਰਨੀ ਚਾਹਾਂਗਾ। ਅਸੀਂ ਦੇਖੋ, ਅਸੀਂ ਵੀ ਪੇਰੈਂਟਸ ਹਾਂ, ਅਸੀਂ ਮਾਪਿਆਂ, ਅਸੀਂ ਬਰਸਟ ਹੁੰਦੇ ਹਾਂ ਬੱਚਿਆਂ ਉੱਤੇ, ਅਸੀਂ ਵੀ ਚੀਕਦੇ ਹਾਂ, ਅਸੀਂ ਵੀ ਕਈ ਵਾਰੀ ਜਦੋਂ ਬੱਚਾ ਨਹੀਂ ਮੰਨਦਾ, ਜ਼ੁਬਾਨ ਤੋਂ ਮਤਲਬ ਉੱਚਾ ਬੋਲ ਨਿਕਲਦਾ ਹੈ, ਹਰ ਇੱਕ ਮਾਪਿਆਂ ਦਾ ਨਿਕਲਦਾ ਹੋਵੇਗਾ। ਪਰ ਜੇ ਅਸੀਂ ਕੰਟਰੋਲ ਨਹੀਂ ਕਰਦੇ ਨਾ, ਤੇ ਅਸੀਂ ਕਿਤੇ ਨਾ ਕਿਤੇ ਅਸੀਂ ਆਪਣੇ ਬੱਚਿਆਂ ਦਾ ਆਪ ਨੁਕਸਾਨ ਕਰ ਰਹੇ ਹੁੰਦੇ ਹਾਂ। ਜਿਹੜਾ ਕ੍ਰੋਧ ਸਾਨੂੰ ਹਾਰਮਲੈਸ ਲੱਗ ਰਿਹਾ, ਯਾਨੀ ਕਿ ਅਸੀਂ ਕਹਿੰਦੇ ਹਾਂ ਨਾ, ਚੱਲ ਇੰਨਾ ਕੁ ਤੇ ਚੱਲਦਾ ਹੈ, ਇੰਨਾ ਕੁ ਤੇ ਚੱਲਦਾ ਹੈ ਵੀ, ਇੰਨਾ ਕੁ ਬੋਲ ਤੇ ਚਾਹੀਦਾ ਹੈ। ਪਰ ਕਹਿੰਦੇ ਜਿਨ੍ਹਾਂ ਬੱਚਿਆਂ ਨੇ ਨੂੰ ਅਸੀਂ ਉਹ ਵਰਬਲ ਅਬਿਊਜ਼ ਕੀਤਾ, ਜਦੋਂ ਉਹ ਬੱਚੇ ਜਵਾਨ ਹੋ ਗਏ, ਉਹਨਾਂ ਯੰਗ ਬੱਚਿਆਂ ਦੇ ਬ੍ਰੇਨ ਦੀ ਜਦੋਂ ਮੈਪਿੰਗ ਕੀਤੀ ਗਈ, ਤੇ ਫਿਰ ਉਹਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ ਕਿ ਜਿਨ੍ਹਾਂ ਬੱਚਿਆਂ ਦੇ ਨਾਲ ਘਰੇਲੂ ਹਿੰਸਾ ਦੇ ਜਿਹੜੇ ਬੱਚੇ ਸ਼ਿਕਾਰ ਹੋਏ, ਜਿਨ੍ਹਾਂ ਦੇ ਨਾਲ ਮਾਰ ਕੁਟਾਈ ਹੋਈ, ਜਿਨ੍ਹਾਂ ਨੂੰ ਜ਼ੁਬਾਨੀ ਤੌਰ ਤੇ ਗਾਲਾਂ ਕੱਢੀਆਂ ਗਈਆਂ, ਜਿਨ੍ਹਾਂ ਨੂੰ ਮੰਦਾ ਬੋਲਿਆ ਗਿਆ, ਉਹ ਬੱਚਿਆਂ ਦਾ ਜਿਹੜਾ ਵਾਈਟ ਮੈਟਰ ਹੁੰਦਾ ਹੈ ਬ੍ਰੇਨ ਦਾ, ਉਹ ਇਫੈਕਟ ਕਰ ਜਾਂਦਾ ਹੈ, ਜਿਨ੍ਹਾਂ ਨੂੰ ਪੇਰੈਂਟਸ, ਜਿਨ੍ਹਾਂ ਦੇ ਮਾਪੇ, ਜਿਨ੍ਹਾਂ ਦੇ ਬਜ਼ੁਰਗ ਆਪਣੇ ਬੱਚਿਆਂ ਨੂੰ ਜ਼ੁਬਾਨ ਦੇ ਨਾਲ ਮੰਦਾ ਬੋਲਦੇ। ਵਾਈਟ ਮੈਟਰ ਹੀ ਅਫੈਕਟ ਨਹੀਂ ਕਰਦਾ ਬ੍ਰੇਨ ਦਾ, ਸਗੋਂ ਰਿਸਰਚ ਦੱਸਦੀ ਹੈ ਕਿ ਸਾਡੇ ਬ੍ਰੇਨ ਦੇ 3 ਨਿਊਰਲ ਪਾਥਵੇਜ਼ ਨੇ ਜਿਹੜੇ, ਉਹ ਜਦੋਂ ਅਡਲਟ ਹੁੰਦੇ ਨੇ, ਉਹਨਾਂ ਦੇ ਅਡਲਟ ਹੋਣ ਤੋਂ ਉਹ ਡਿਸਟਰਬ ਹੋ ਜਾਂਦੇ ਨੇ ਉਹ ਬੱਚੇ। ਉਹ ਬੱਚੇ ਫਿਰ ਅੱਗੇ ਜਾ ਕੇ ਸਮਾਜ ਨੂੰ ਕੋਈ ਚੰਗੀ ਸੇਧ ਨਹੀਂ ਦੇ ਸਕਦੇ, ਜਿਨ੍ਹਾਂ ਦੇ ਨਾਲ ਬਚਪਨ ਦੇ ਵਿੱਚ ਇਹ ਕੁਝ ਵਾਪਰਿਆ ਹੁੰਦਾ ਹੈ। ਬਚਪਨ 'ਚ ਅਸੀਂ ਇੰਨਾ ਵੱਡਾ ਘਾਣ ਆਪਣੇ ਬੱਚਿਆਂ ਦਾ ਕਰ ਦਿੰਦੇ ਹਾਂ, ਉੱਚਾ ਬੋਲ ਬੋਲ ਕੇ, ਚਪੇੜਾ ਮਾਰ ਮਾਰ ਕੇ, ਜ਼ੁਬਾਨ ਦੇ ਨਾਲ ਗਾਲਾਂ ਕੱਢ ਕੱਢ ਕੇ। ਉਹਨਾਂ ਬੱਚਿਆਂ ਦੇ ਨਿਊਰਲ ਜਿਹੜੇ ਪਾਥਵੇਸ ਨੇ, ਇੱਕ ਨਹੀਂ ਤਿੰਨ ਤਿੰਨ, ਉਹਨਾਂ ਨੂੰ ਅਸੀਂ ਆਪ ਆਪਣੇ ਹੱਥੀ ਡੈਮੇਜ ਕਰ ਲੈਂਦੇ ਹਾਂ, ਡਿਸਟਰਬ ਕਰ ਦਿੰਦੇ ਹਾਂ ਉਹਨਾਂ ਨੂੰ। ਹੁਣ ਐਸੇ ਬੱਚਿਆਂ ਦੇ ਨਾਲ ਹੁੰਦਾ ਕੀ ਹੈ, ਜਦੋਂ ਛੋਟੇ ਸਕੂਲਾਂ ਵਿੱਚ ਹੁੰਦੇ ਨੇ ਨਾ, ਖਾਸ ਤੌਰ ਤੇ ਜਦੋਂ ਬੱਚਾ ਸਕੂਲੇ ਜਾਂਦਾ ਹੈ, ਜਿਹੜੇ ਛੋਟੇ ਬੱਚੇ ਜਾਂਦੇ ਨੇ, ਉਹ ਫਿਜ਼ੀਕਲੀ ਤੌਰ ਤੇ ਬਿਮਾਰ ਹੀ ਰਹਿੰਦੇ ਨੇ, ਬਹੁਤੇ ਬੱਚੇ ਬਿਮਾਰ ਰਹਿੰਦੇ ਨੇ। ਅਸੀਂ ਕਹਿੰਦੇ ਹਾਂ ਡਾਕਟਰਾਂ ਕੋਲ ਲੈ ਜਾਂਦੇ, ਪਤਾ ਨਹੀਂ ਠੀਕ ਹੀ ਨਹੀਂ ਹੁੰਦਾ ਸਾਡਾ ਨਿਆਣਾ, ਤੇ ਪਤਾ ਨਹੀਂ ਕੀ ਹੋ ਗਿਆ, ਚੰਗਾ ਭਲਾ ਰੋਟੀ ਵੀ ਚੰਗੀ ਤਰ੍ਹਾਂ ਖਾਂਦਾ, ਸਾਰਾ ਕੁਝ ਠੀਕ ਠਾਕ ਹੈ। ਉਹਦੇ ਪਿੱਛੇ ਕਾਰਨ ਹੁੰਦਾ ਕਿ ਤੇ ਵਰਬਲ ਅਬਿਊਜ਼ ਹੋਇਆ ਹੋਵੇ ਬੱਚਾ, ਮਾਪੇ ਨਹੀਂ ਕਰਦੇ, ਗਵਾਂਢੀ ਕਰ ਦਿੰਦਾ, ਕੋਈ ਹੋਰ ਰਿਸ਼ਤੇਦਾਰ ਕਰ ਦਿੰਦਾ। ਔਰ ਇਥੋਂ ਤੱਕ ਕਿ ਸਾਡੇ ਟੀਚਰਸ ਜਿਹੜੇ ਨੇ, ਉਹ ਵੀ ਇੰਨੇ ਅਵੇਅਰ ਨਹੀਂ ਕਿ ਉਹ ਆਪਣੇ ਬੱਚੇ ਉਸ ਰੂਪ ਦੇ ਅੰਦਰ, ਉਹਨਾਂ ਨੇ ਐਸੀ ਸਟੱਡੀ ਜਿਹੜੀ ਹੈ ਉਹ ਪੜ੍ਹੀ ਹੋਵੇ ਕਿ ਬੱਚਿਆਂ ਨੂੰ ਕਿਸ ਰੂਪ ਦੇ ਅੰਦਰ ਅਸੀਂ ਟੈਕਲ ਕਰਨਾ, ਕਿਵੇਂ ਬੱਚਿਆਂ ਦਾ ਬ੍ਰੇਨ ਅਸੀਂ ਸਹੇਜ ਕੇ ਰੱਖਣਾ, ਬਚਾ ਕੇ ਰੱਖਣਾ, ਕਿਤੇ ਅਫੈਕਟ ਨਾ ਪੈ ਜਾਵੇ ਉਹਨਾਂ ਦੇ ਉੱਤੇ। ਉਹ ਟੀਚਰ ਵੀ ਕਈ ਵਾਰੀ ਡੈਮੇਜ ਕਰ ਦਿੰਦੇ ਨੇ, ਜਿਹੜੇ ਪ੍ਰੋਪਰ ਜਿਹੜੇ ਨੇ ਇਹ ਸਟੱਡੀ ਦੇ ਵਿੱਚੋਂ ਨਹੀਂ ਨਿਕਲੇ ਹੁੰਦੇ। ਇੱਕ ਥਾਂ ਤੇ ਨਹੀਂ, ਬੱਚਾ ਕਈ ਥਾਵਾਂ ਤੋਂ ਅਬਿਊਜ਼ ਹੋ ਜਾਂਦਾ ਹੈ। ਕਈ ਵਾਰੀ ਬੱਚਾ ਬੁਲੀ ਹੁੰਦਾ ਹੈ, ਬੱਚੇ ਨੂੰ ਨਾਲ ਦੇ ਬੱਚੇ ਜਿਹੜੇ ਨੇ ਉਹ ਬੁਲੀ ਕਰ ਦਿੰਦੇ ਨੇ, ਉਹ ਗਲਤ ਬੋਲਦੇ ਨੇ, ਉਹਦੇ ਕਰਕੇ ਵੀ ਉਹਦੇ ਦਿਮਾਗ ਤੇ ਕਿਤੇ ਗਹਿਰਾ ਅਸਰ ਪੈਂਦਾ ਹੈ, ਉਹ ਫਿਜ਼ੀਕਲ ਇਲਨੈਸ ਸ਼ੁਰੂ ਹੋ ਜਾਂਦੀ, ਬਿਮਾਰ ਰਹਿਣਾ ਸ਼ੁਰੂ ਹੋ ਜਾਂਦਾ ਫਿਜ਼ੀਕਲੀ ਤੌਰ ਦੇ ਉੱਤੇ, ਕਦੇ ਢਿੱਡ ਪੀੜ ਹੋ ਗਿਆ, ਕਦੇ ਬੁਖਾਰ ਹੋ ਗਿਆ, ਕਦੇ ਕਿਸ ਰੂਪ ਦੇ ਅੰਦਰ ਕਿਤੇ ਨਾ ਕਿਤੇ ਕੁਝ ਸਿੰਪਟਮਸ ਨਜ਼ਰ ਆ ਰਹੇ ਹਨ, ਕਿਤੇ ਨਾ ਕਿਤੇ ਇਹਦੇ ਪਿੱਛੇ ਕਾਰਨ ਸਾਡੇ ਉਸ ਕ੍ਰੋਧ ਦਾ ਹੁੰਦਾ ਹੈ, ਜਿਹੜਾ ਅਸੀਂ ਆਪਣੇ ਬਿਜ਼ਨਸ ਦਾ, ਕਿਸੇ ਆਪਣੀ ਰਿਲੇਸ਼ਨਸ਼ਿਪ ਦਾ, ਜਾਂ ਕਿਸੇ ਬਾਹਰੋਂ ਲਿਆ ਕੇ ਅਸੀਂ ਆਪਣੇ ਬੱਚਿਆਂ ਦੇ ਉੱਤੇ ਕੱਢ ਦਿੰਦੇ ਹਾਂ। ਕਿਤੇ ਸਾਡੀ ਆਪਣੀਆਂ ਕਮੀਆਂ, ਕਿਤੇ ਮੇਰੀ ਆਪਣਾ ਫੇਲੀਅਰ, ਮੈਂ ਆਪਣੇ ਬੱਚਿਆਂ ਦੇ ਉੱਤੇ ਆਪਣਾ ਸਾਰਾ ਦਾ ਸਾਰਾ ਨਜ਼ਲਾ ਝਾੜ ਦਿੰਦਾ, ਆਪਣੇ ਜੀਆਂ ਦੇ ਉੱਤੇ ਝਾੜ ਦਿੰਦਾ। ਇਹ ਨੁਕਸਾਨ ਪੇਰੈਂਟਸ ਆਪਣੇ ਬੱਚਿਆਂ ਦਾ ਕਰਦੇ ਆ। ਇਸ ਤੋਂ ਬਾਅਦ ਜਿਹੜੇ ਪੇਰੈਂਟਸ ਵਰਬਲ ਅਬਿਊਜ਼ ਕਰਦੇ ਨੇ, ਉਹਨਾਂ ਦਾ ਬੱਚਾ ਹਾਈ ਸਕੂਲ ਦੇ ਵਿੱਚ ਜਾ ਕੇ ਉਹ ਸੇਮ ਗੁੱਸੇ ਦਾ ਸ਼ਿਕਾਰ ਹੋ ਜਾਂਦਾ ਹੈ, ਫਿਰ ਉਹ ਕਿਸੇ ਨਾ ਕਿਸੇ ਗਲਤ ਘਟਨਾ ਦੇ ਵਿੱਚ ਇਨਵੋਲਵ ਹੋ ਜਾਂਦਾ ਹੈ, ਉਹ ਡਰੱਗ ਲੈਣਾ ਸ਼ੁਰੂ ਕਰ ਦਿੰਦਾ ਹੈ, ਫਿਰ ਉਹ ਗੈਂਗਸ ਦੇ ਵਿੱਚ ਜਾਣਾ ਜਿਹੜਾ ਹੈ ਉਹ ਸ਼ੁਰੂ ਕਰ ਦਿੰਦਾ ਹੈ। ਬਕਾਇਦਾ ਇਹਦੇ ਬਾਬਤ ਪੂਰਨ ਤੌਰ ਤੇ ਰਿਸਰਚ ਹੋਇਆ। ਅਸੀਂ ਆਪਣੇ ਬੱਚਿਆਂ ਦਾ, ਚਲੋ ਸਾਡਾ ਤੋਂ ਜੋ ਨੁਕਸਾਨ ਹੋਣਾ ਸੀ ਹੋ ਗਿਆ, ਅਸੀਂ ਬਾਣੀ ਤੋਂ ਸੇਧ ਲੈ ਕੇ ਅਸੀਂ ਆਪਣੇ ਆਪ ਨੂੰ ਚੇਂਜ ਕਰਨ ਦਾ ਯਤਨ ਕਰ ਸਕਦੇ ਹਾਂ। ਹੁਣ ਜਿਹੜੇ ਬੱਚੇ ਨੇ ਜਾਂ ਪੇਰੈਂਟਸ ਨੇ ਜਾਂ ਜਿਨ੍ਹਾਂ ਨੇ ਮਾਪੇ ਬਣਨਾ ਹੈ, ਉਹਨਾਂ ਨੂੰ ਇਸ ਗੱਲ ਦੇ ਵਾਸਤੇ ਅਵੇਅਰ ਹੋਣਾ ਬੜਾ ਜ਼ਰੂਰੀ ਹੈ ਕਿ ਗੁਰੂ ਸਾਹਿਬ ਨੇ ਕ੍ਰੋਧ ਬਾਰੇ ਕਿਉਂ ਸਾਨੂੰ ਇੰਨਾ
समझाया, क्यों सानू समझाया कि एक क्रोध जिहड़ा है किस लेवल ते जाके साडा जिहड़ा अपना पर्सनल साडा नुकसान करता है, साडा परिवारक नुकसान करता है। बच्चा होर कारण है, देखो बच्चा टीवी देखता है, मीडिया देख रहा है, वो की देख रहा है? मीडिया दे विच वायलेंट मूवीज देखता है, गेम खेडता है। पार्क मैं सैर करने वास्ते जाना, उथे लगभग टीनेजर बच्चे बैठे होंगे ने पार्कों के विच, जिहड़े बेंच बने ने, बुजुर्ग तो घट ही बैठे होंगे ने, बुजुर्ग सगों सैर कर रहे होंगे ने, सगों जिहड़ा टीनेजर बच्चा है ना पार्क के विच बह के इन्हां दी जुंडली बैठी होंगी है, ते वो सारे दे सारे गेमां खेड रहे होंगे ने जिदे विच मतलब वो गन्स लैके एक दूजे नूं मार रहे होंगे ने, ऐसी कोई गेम्स जिहड़ी जिदे विच हिंसा प्रमोट की जा रही है, जिदे अंदर बच्चे नूं असीं एक पूरा प्रोग्राम दे रहे हैं भी तू किस ढंग दे नाल किसी नूं गोली मारनी है, किस ढंग दे नाल तू जिहड़ा है अपने आप नूं तैयार करना है, और उहदा माइंड दे उत्ते की इफेक्ट होगा। स्मोकिंग जड़ी है ये भी इस क्रोध के नाल वायलेंस के नाल जुड़ी है। खैर एक वक्खरा विषय हो गया, असी असी अपने उन्हां बच्चियां नूं ऐसा वर्बल कोई भी अब्यूज नहीं करना, जिस वर्बल या ऐसी कोई बोली नहीं बोलनी, घर दे अंदर ऐसी कोई डोमेस्टिक वायलेंस नहीं करनी, मार कुटाई नहीं करनी जिहदे करके साडे बच्चियां दे उत्ते ऐसा प्रभाव पए और आने वाले समय दे अंदर वो अपने इस गुस्से नूं अपने इस एंगर नूं कंट्रोल ना कर सकन। अज जिन्नियां जेलां भरियां ने या जिन्ने टीन एजर बच्चे अज क्लासां दे विच जाके जो कुछ अज करदे ने, लड़ाइयां करदे ने या स्टैबिंग हुंदी है, चप्पू मार देंदे ने, रोजाना खबरां आ रही ने ऐसे टीन एज बच्चियां दे नाल, ये क्यों हो रहा है? इहदे पिछे किते ना किते कारण असीं खुद आ। गेम खेडनी है बच्चे ने, डॉक्टर ने गेम बनाई, वो कहिंदा वी गेम बना के इस ढंग दी गेम बनाई उसने कि जे तू किसे अपने इस पॉइंट दे अंदर तेनू किते एंगर आया या तू किते एंगर शो कीता, गुस्सा शो कीता, अग्रेशन शो कीती, तेरे पॉइंट्स घटणगे। ऐसियां गेमां डिवेलप कीतियां जा, वो बच्चे ओहदे नाल जुड़न ते उहनां दा वो जिहड़ा लैवल है वो थले आउणा शुरू हो जाए। ऐसी मूवीज दे नाल जुड़न या ऐसे साहित्य नाल जुड़न जिदे अंदर उहनां दे अंदर वो कामनेस, वो सॉफ्टनेस, उहनां दी जुबान, उहनां दी बोली, उहनां दे व्यवहार दे अंदर होनी शुरू हो जाए। हुण इस तों अगली बात है कि एंगर जिहड़ा है, कि क्रोध जिहड़ा है, इहदे नुकसान ही ने सारे दे सारे। असीं बाणी पढ़ते हाँ, काम क्रोध दुए करो बसोले गोडो धरती पर, जिवें गोडी करदे हाँ काम ते क्रोध नूं कहा गया। वैसे काम और क्रोध ना ये पैरल ला रहे ने गुरबाणी दे विच, बहुत सारे प्रमाण आप जी नूं काम ते क्रोध दे मिल जाणगे। वो कहिंदे ने भी इहनां नूं हथियार बना अपना, इस ए एंगर ए गुस्सा ए तेनूं वरत रहा है, तू इहनूं वरतना शुरू कर दे, तू इस नूं अपना हथियार बना सकता है, अपनी परसनैलिटी नूं डिवेलप कर सकता है। जिहड़े जिन्हां जिहड़े सज्जन वैसे इंडिया दे विच ज्यादा क्रिकेट देखते हैं, सारे जिहड़े क्रिकेट देखते ने, आपने दो टीमां दा जिहड़ा मैच हुंदा जिस टाइम दे विच वेख्या होना कि एक प्लेयर जदों दूजे प्लेयर नूं, दूजे देश दे प्लेयर नूं स्लज करता है, उसनूं उकसाउंदा है, उसनूं माड़ा चंगा बोलता, उसनूं गालां कढ़दा है, वो क्यों कढ़दा है? वो इस करके कढ़दा है कि मैं इसनूं उकसा के ये क्रोधित होवेगा, ये अपना आपा खो देगा और मैं विकेट ले लवांगा। खास तौर पे बॉलर्स बैट्समैन नूं इस ढंग दे नाल स्लेज करदे ने। आ पिछे जे हुण तुसीं देखिया भी होणा मैच जिहड़े चल रहे ने, इहदे अंदर स्लेजिंग जिहड़ी है बड़े वड्डे पद्धर ते कीती गई। गेम्स दे विच स्लेजिंग हुंदी है, पर जिहड़ा अपने उस एंगर ते कंट्रोल रख के प्लेयर उसनूं अपना एसेट, अपना ताकत, अपनी अपनी समर्था बना लैंदा है, फिर वो किलर इंस्टिंक्ट दे नाल उस जदों खेडदा है ते फिर वो अपने उस खेतर दे अंदर जीत प्राप्त करता है। क्यों? उसने अपनी उस एनर्जी नूं कन्वर्ट कर लिया। और मेडिकली भी ना, दिमाग दा जिहड़ा साडा खब्बा पार्ट है ना, जिहड़ा लेफ्ट पार्ट है, ये साडे पॉजिटिव इमोशंस इथों बनते ने, ते जिहड़ा क्रोध दा जिहड़ा पार्ट है जिहड़ा ये भी इथों कितों ना कितों सक्रीट हो रहा है। इस नूं मन्निया जांदा है पॉजिटिव इमोशन, ये साडे वास्ते पॉजिटिव इमोशन है। जे असीं इस नूं हैंडल कर सकीए, जे असीं इस नूं कंट्रोल कर सकीए,
ਜਿਵੇਂ ਅਰਸਤੂ, ਐਰਿਸਟੋਟਲ ਜਿਹਨੂੰ ਕਿਹਾ ਜਾਂਦਾ ਹੈ ਨਾ ਅਰਸਤੂ, ਉਹ ਕਹਿੰਦਾ ਵੀ ਗੁੱਸੇ ਹੋਣ ਦਾ ਅਧਿਕਾਰ ਕੇਵਲ ਉਸ ਵਿਅਕਤੀ ਨੂੰ ਹੈ ਜਿਸ ਨੂੰ ਠੀਕ ਸਮੇਂ ਉੱਤੇ ਠੀਕ ਵਿਅਕਤੀ ਨਾਲ ਠੀਕ ਉਦੇਸ਼ ਲਈ ਸਹੀ ਮਾਤਰਾ ਵਿੱਚ ਢੁਕਵੇਂ ਢੰਗ ਨਾਲ ਗੁੱਸੇ ਹੋਣ ਦੇ ਸਲੀਕੇ ਦਾ ਗਿਆਨ ਹੋ। ਜਾਣੇ ਕਿ ਗੁੱਸੇ ਹੋਣ ਦਾ ਅਧਿਕਾਰ ਕੇਵਲ ਉਸ ਵਿਅਕਤੀ ਨੂੰ ਹੈ ਜਿਹੜਾ ਸਾਰੀ ਸਿਚੁਏਸ਼ਨ ਨੂੰ ਵੇਖ ਲਵੇ ਠੀਕ ਵਿਅਕਤੀ ਦੇ ਨਾਲ, ਇਹ ਨਹੀਂ ਕਿ ਜਣੇ ਖਣੇ ਨਾਲ ਗੁੱਸੇ ਹੋ ਕੇ ਖੜਾ ਹੋਗਾ, ਠੀਕ ਵਿਅਕਤੀ ਦੇ ਨਾਲ ਉਹ ਉਸ ਰੂਪ ਦੇ ਅੰਦਰ ਉਹ ਉਹਦੇ ਨਾਲ ਗੱਲਬਾਤ ਕਰੇ। ਤੇ ਕਹਿੰਦੇ ਕਿ ਇਹ ਜਿਹੜਾ ਇਹ ਕ੍ਰੋਧ ਦਾ ਜਿਹੜਾ ਜਜ਼ਬਾ ਹੈ, ਇਹ ਕ੍ਰੋਧ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਔਰ ਇਹਦਾ ਇੱਕ ਜਿਹੜਾ ਪੋਜ਼ਿਟਿਵ ਅਸੀਂ ਪੱਖ ਹੋਰ ਲੈ ਸਕਦੇ ਹਾਂ, ਜਿਵੇਂ ਕਾਮ ਕਰੋ ਦੁਇ ਕਰੋ ਬਸੋਲੇ ਵਾਲੀ ਬਾਤ ਆ ਜਾਂਦੀ ਹੈ ਜਿੱਥੇ ਕਿ ਜਦੋਂ ਅਸੀਂ ਆਪਣੀ ਜਾਇਜ਼ ਹੱਕਾਂ ਦੀ ਰਾਖੀ ਕਰਨੀ ਹੈ, ਉਹ ਰਾਜਨੀਤਿਕ ਤੌਰ ਤੇ ਜੇ ਅਸੀਂ ਕਰਨੀ ਹੈ, ਤੇ ਬਾਬਾ ਬੰਦਾ ਸਿੰਘ ਬਹਾਦਰ ਜਿਸ ਟਾਈਮ ਉਹਨਾਂ ਨੂੰ ਪਤਾ ਲੱਗਦਾ ਹੈ ਨਾ ਕਿ ਛੋਟੇ ਸਾਹਿਬ ਜਾ ਜਾਂਦਾ, ਇਸ ਰੂਪ ਦੇ ਅੰਦਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਕੰਧਾਂ ਦੇ ਅੰਦਰ ਚਿਣ ਕੇ ਤੇ ਉਹਨਾਂ ਨੂੰ ਜ਼ਿਬਾ ਕੀਤਾ ਗਿਆ ਵਜ਼ੀਰ ਖਾਨ ਦੇ ਦੁਆਰਾ, ਬਾਬਾ ਬੰਦਾ ਸਿੰਘ ਬਹਾਦਰ ਦੇ ਅੰਦਰ ਐਸੀ ਗੱਲ ਨਹੀਂ, ਸਿੱਖਾਂ ਦੇ ਸਾਰਿਆਂ ਦੇ ਅੰਦਰ ਹੀ, ਪੂਰੀ ਜਮਾਤ ਦੇ ਅੰਦਰ, ਪੂਰੇ ਇੱਕ ਇੱਕ ਖਿੱਤੇ ਦੇ ਵਿੱਚ ਇੱਕ ਰੋਹ ਸੀਗਾ, ਕ੍ਰੋਧ ਸੀਗਾ, ਪਰ ਉਸਨੂੰ ਕਨਵਰਟ ਕੀਤਾ ਸਵੈਮਾਣ ਦੇ ਵਿੱਚ, ਉਸਨੂੰ ਚੇਂਜ ਕੀਤਾ, ਔਰ ਆਪਣੇ ਜਾਇਜ਼ ਹੱਕਾਂ ਦੀ ਰਾਖੀ ਦੇ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਕ੍ਰੋਧ ਦਾ ਇਸਤੇਮਾਲ ਵੀ ਕੀਤਾ। ਆਪ ਨੇ ਜਿਹੜੇ ਮਿਸ਼ਨਰੀ ਵਿਚਾਰਧਾਰਾ ਨਾਲ ਜੁੜੇ ਨੇ, ਸਾਡੇ ਜਿਹੜੇ ਚੇਅਰਮੈਨ ਸਾਹਿਬ ਸੀਗੇ ਨਾ, ਬਹੁਤ ਵਾਰੀ ਕਵਿਤਾ ਸੁਣਾਉਂਦੇ ਹੁੰਦੇ ਸੀ ਕਿ ਦਿਲ ਵਿੱਚ ਅੱਗ ਮੇਰੇ ਅੱਖੀਆਂ 'ਚ ਖੂਨ ਹੈ, ਸਿਰ ਵਿੱਚ ਅੱਜ ਮੇਰੇ ਹੋਰ ਹੀ ਜਨੂਨ ਹੈ, ਜਿਹਦੇ ਵਿੱਚ ਉਹ ਕਹਿੰਦੇ ਸੀ ਵੀ ਬਾਬਾ ਬੰਦਾ ਸਿੰਘ ਬਹਾਦਰ ਕਹਿ ਰਿਹਾ, ਰਹੀ ਗੱਲ ਰਹੇਗੀ ਨਾ ਗੱਲ ਹੁਣ ਜਾਗੂ ਵਿੱਚੋਂ ਉਪਰੀ, ਮੈਂ ਪੈਰਾਂ ਹੇਠਾਂ ਰੋਲਨੀ ਵਜ਼ੀਰ ਖਾਨ ਦੀ ਕੋਪਰੀ। ਯਾਨੀ ਕਿ ਰੋਹ ਪ੍ਰਗਟ ਕੀਤਾ ਜਾ ਰਿਹਾ, ਪਰ ਸਹੀ ਬੰਦੇ ਦੀ ਚੋਣ ਕੀਤੀ ਹੈ, ਸਹੀ ਉਦੇਸ਼ ਵਾਸਤੇ ਕੀਤੀ ਹੈ, ਔਰ ਉਸਨੂੰ ਇੰਪਲੀਮੈਂਟ ਵੀ ਸਹੀ ਰੂਪ ਦੇ ਅੰਦਰ ਕੀਤਾ ਹੈ। ਇਹ ਨਹੀਂ ਕਿ ਗਰੀਬ ਗੁਰਬੇ ਦਾ ਨੁਕਸਾਨ ਕਰ ਦਿੱਤਾ ਹੋਵੇ, ਸ਼ੇਖ ਅਹਿਮਦ ਸਰਹੰਦੀ ਦੀ ਮਸੀਤ ਉੱਥੇ ਹੀ ਹੈ। ਜੇ ਬਾਬਾ ਬੰਦਾ ਸਿੰਘ ਬਹਾਦਰ ਗੁੱਸੇ ਦੇ ਵਿੱਚ ਆ ਕੇ ਆਪਣੀ ਜਜਮੈਂਟ ਕਰਦਾ ਤੇ ਸ਼ੇਖ ਅਹਿਮਦ ਸਰਹੰਦੀ ਦੀ ਮਸੀਤ ਸਰਹੰਦ ਵਿੱਚੋਂ ਨਹੀਂ ਸੀ ਲੱਭਣੀ, ਕਹਿੰਦੇ ਸਰਹੰਦੀ ਇੱਟ ਦੀ ਇੱਟ ਖੜਕਾ ਦਿੱਤੀ, ਪਰ ਸ਼ੇਖ ਅਹਿਮਦ ਸਰਹੰਦੀ ਦੀ ਜਿਹੜੀ ਮਸੀਤ ਹੈ ਉਹ ਐਜ਼ ਇਟ ਇਜ਼ ਅੱਜ ਵੀ ਦੇਖਣ ਨੂੰ ਮਿਲ ਜਾਂਦੀ ਹੈ। ਇਹਦਾ ਮਤਲਬ ਕਿ ਬਾਬਾ ਬੰਦਾ ਸਿੰਘ ਬਹਾਦਰ ਰੋਹ ਦੇ ਵਿੱਚ, ਗੁੱਸੇ ਦੇ ਵਿੱਚ ਕੋਈ ਕੰਮ ਨਹੀਂ ਸੀ ਕਰ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਸੀ ਔਰ ਉਹ ਆਪਣੇ ਸਹੀ ਉਦੇਸ਼ ਦੀ ਪੂਰਤੀ ਦੇ ਵਾਸਤੇ ਉਹ ਸਾਰੇ ਦੇ ਸਾਰੇ ਉਹ ਕੰਮ ਕਰ ਰਹੇ ਸਨ। ਦੂਜੇ ਪਾਸੇ ਅਸੀਂ ਆ ਜਾਂਦੇ ਪਰਿਵਾਰਕ ਤੌਰ ਦੇ ਉੱਤੇ। ਹੁਣ ਕਈ ਵਾਰੀ ਪਰਿਵਾਰਕ ਤੌਰ ਦੇ ਉੱਤੇ ਅਸੀਂ ਸੋਚੀਏ, ਕਾਮ ਕਰੋ ਦੋ ਕਰੋ ਬਸੋਲੇ, ਜਿੱਥੇ ਅਸੀਂ ਗੱਲ ਕੀਤੀ ਨਾ ਵਰਬਲ ਅਬਿਊਜ਼ ਨਹੀਂ ਕਰਨਾ ਬੱਚਿਆਂ ਦੇ ਉੱਤੇ, ਬੱਚਿਆਂ ਦੇ ਨਾਲ ਪਰਿਵਾਰਕ ਮੈਂਬਰਸ ਦੇ ਨਾਲ। ਹੁਣ ਇੱਕ ਆਧੁਨਿਕ ਖੋਜ ਦੇ ਮੁਤਾਬਕ ਨਾ, ਵੈਤਾ ਜਿਹੜੀ ਜ਼ਿੰਦਗੀ ਹੈ, ਮੈਰਿਡ ਲਾਈਫ ਹੈ ਜਿਹੜੀ, ਇਸ ਜ਼ਿੰਦਗੀ ਦੇ ਅੰਦਰ ਪਾਰਟਨਰ ਕਈ ਵਾਰੀ ਗਲਤੀ ਕਰ ਜਾਂਦਾ ਹੈ, ਪਰਿਵਾਰ ਵਾਰ ਉਹਦੀ ਗਲਤੀਆਂ ਨੂੰ ਭੁੱਲ ਜਾਣਾ, ਹਰ ਵਾਰ ਨਜ਼ਰ ਅੰਦਾਜ਼ ਕਰ ਦੇਣਾ, ਇਹ ਵੀ ਠੀਕ ਨਹੀਂ ਹੁੰਦਾ। ਕਿਤੇ ਨਾ ਕਿਤੇ ਸਾਨੂੰ ਇੱਕ ਕਲੀਅਰ ਸਟੇਟਮੈਂਟ, ਯਾਨੀ ਕਿ ਇੱਕ ਕਲੀਅਰ ਜਿਹੜਾ ਆਪਣਾ ਉਹ ਜਜ਼ਬਾ ਕਹਿ ਲਓ, ਉਸ ਇਮੋਸ਼ਨ ਨੂੰ ਕਹਿ ਲਓ, ਕਿ ਜਿਹਦੇ ਅੰਦਰ ਅਸੀਂ ਉਸਨੂੰ ਇਹ ਸਪਸ਼ਟ ਤੌਰ ਤੇ ਦੱਸ ਦਈਏ ਕਿ ਜੇ ਦੁਬਾਰਾ ਇਹ ਗਲਤੀ ਹੁੰਦੀ ਹੈ, ਦੁਬਾਰਾ ਮੁੜ ਕੇ ਇਹ ਕੋਈ ਪ੍ਰੋਬਲਮ ਜਿਹੜਾ ਹੈ ਹੁੰਦੀ ਹੈ, ਤੇ ਫਿਰ ਸਾਡੇ ਰਿਸ਼ਤੇ ਦੇ ਵਿੱਚ ਦਰਾਰਾਂ ਪੈ ਜਾਣਗੀਆਂ। ਯਾਨੀ ਕਿ ਉਹ ਜਦੋਂ ਅਸੀਂ ਜ਼ਾਹਰ ਕਰਨਾ ਹੈ ਤੇ ਉਹ ਗੁੱਸੇ ਦੇ ਦੁਆਰਾ ਹੀ ਕਰਨਾ ਪਏਗਾ ਨਾ, ਨਹੀਂ ਤੇ ਇਹ ਹੋ ਜਾਏਗਾ ਪਾਰਟਨਰ ਸੋਚੇਗਾ ਵੀ ਇਹ ਤਾਂ ਗੁੱਸਾ ਹੀ ਨਹੀਂ ਹੁੰਦਾ, ਇਹ ਤੇ ਮੈਨੂੰ ਕੁਝ ਆਉਂਦਾ ਹੀ ਨਹੀਂ। ਜਾਇਜ਼ ਰੂਪ ਦੇ ਅੰਦਰ ਢੁਕਵੇਂ ਸ਼ਬਦਾਂ ਦੇ ਨਾਲ ਸਹੀ ਇਮੋਸ਼ਨ ਨੂੰ ਲੈ ਕੇ, ਸਹੀ ਭਾਵ ਮਨੋਦਸ਼ਾ ਨੂੰ ਲੈ ਕੇ, ਸਹੀ ਉਦੇਸ਼ ਦੇ ਨਾਲ ਅਸੀਂ ਆਪਣੇ ਪਰਿਵਾਰਕ ਮੈਂਬਰ ਦੇ ਉੱਤੇ ਜਾਇਜ਼ ਸ਼ਬਦਾਂ ਦੇ ਵਿੱਚ ਅਸੀਂ ਗੁੱਸੇ ਦੀ ਪ੍ਰਤੀਕਿਰਿਆ ਜ਼ਾਹਰ ਕਰ ਸਕਦੇ ਹਾਂ। ਔਰ ਫਲੋਰੀਡਾ ਦੀ ਇੱਕ ਯੂਨੀਵਰਸਿਟੀ ਅਮਰੀਕਾ ਦੀ, ਉਹ ਇਹ ਗੱਲ ਸਪਸ਼ਟ ਕਹਿੰਦੀ ਵੀ ਹੈ ਕਿ ਔਖਿਆਈ ਜ਼ਰੂਰ ਹੋਵੇਗੀ ਇਹਦੇ ਵਾਸਤੇ, ਸਾਨੂੰ ਲੱਗੇਗਾ ਇੱਕ ਵਾਰੀ ਕਿ ਫੀਲ ਹੋਏਗਾ ਵੀ ਮੈਂ ਕਿਤੇ ਹਰਟ ਤੇ ਨਹੀਂ ਕਰ ਦਿੱਤਾ ਕਿਸੇ ਆਪਣੇ ਨੂੰ, ਪਰ ਕਹਿੰਦੇ ਲੌਂਗ ਰਨ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਨਾ, ਲੰਮੇ ਲਮੇਰੀ ਦੇ ਲੰਮੀ ਨਜ਼ਰ ਨਿਹਾਲੀ ਹੈ, ਤੇ ਕਿਤੇ ਨਾ ਕਿਤੇ ਸਾਨੂੰ ਉਸ ਚੀਜ਼ ਦਾ ਲਾਭ ਵੀ ਹੋਏਗਾ। ਜਿੱਦਾਂ ਬੱਚੇ ਨੂੰ ਅਸੀਂ ਥੋੜਾ ਜਿਹਾ ਪਿਆਰ ਵੀ ਦਿੰਦੇ ਹਾਂ, ਜਿੱਦਾਂ ਕਹਿੰਦੇ ਨਾ ਵੀ ਬੱਚੇ ਦੀ ਪੇਰੈਂਟਿੰਗ ਹੁੰਦੀ ਹੈ ਵੀ ਘੁਮਿਆਰ ਦਾ ਹੱਥ ਹੁੰਦਾ ਹੈ,
ਉਹ ਇੱਕ ਪਾਸੇ ਬਾਹਰੋਂ ਸਖਤ ਵੀ ਹੁੰਦਾ ਹੈ ਤੇ ਦੂਜੇ ਪਾਸੇ ਅੰਦਰੋਂ ਕੋਮਲ ਵੀ ਹੁੰਦਾ। ਇਸੇ ਢੰਗ ਦੇ ਨਾਲ ਆ ਚੀਜ਼ ਜਿਹੜੀ ਹੈ ਇਹ ਚਾਹੀਦੀ ਹੈ ਕਿ ਸਾਨੂੰ ਆਪਣੇ ਉਸ ਕ੍ਰੋਧ ਦੇ ਉੱਤੇ ਉਸਨੂੰ ਵਰਤਣਾ ਆਉਣਾ ਚਾਹੀਦਾ ਹੈ, ਫਿਰ ਭਾਵੇਂ ਉਹ ਅਸੀਂ ਪੋਲੀਟੀਕਲੀ ਤੌਰ ਦੇ ਉੱਤੇ ਉਸਨੂੰ ਵਰਤਣਾ ਹੈ, ਰਾਜਨੀਤਿਕ। ਹੁਣ ਜੇ ਅਸੀਂ ਕ੍ਰੋਧ ਦਾ ਸਹੀ ਰੂਪਾਂ ਨਹੀਂ ਕਰਾਂਗੇ ਤਾਂ ਐਵੇਂ ਤੇ ਕਿਸੇ ਰੂਪ ਦੇ ਅੰਦਰ ਵੀ ਰਾਜ ਭਾਗ ਜਿਹੜਾ ਹੈ ਉਹ ਕਾਇਮ ਨਹੀਂ ਹੋ ਸਕਦਾ ਸੀਗਾ, ਜਿਵੇਂ ਸਾਰੇ ਸਾਡੇ ਜਿਹੜੇ ਉਹ ਜਰਨੈਲਾਂ ਨੇ ਕੀਤਾ, ਉਹਨਾਂ ਨੇ ਉਸ ਜਜ਼ਬੇ ਨੂੰ ਚੇਂਜ ਕੀਤਾ, ਉਸਦਾ ਯੂਜ਼ ਸਹੀ ਕੀਤਾ, ਚੇਂਜ ਨਹੀਂ ਉਸਦਾ ਯੂਜ਼ ਸਹੀ ਕੀਤਾ ਤੇ ਉਹਦਾ ਯੂਜ਼ ਕਰਕੇ ਉਹ ਸਹੀ ਯੂਜ਼ ਕਰਕੇ ਉਸਨੂੰ ਉਹਨਾਂ ਨੇ ਜਗਤ ਦੇ ਅੰਦਰ ਉਹ ਬਹੁਤ ਵੱਡੇ ਵੱਡੇ ਉਹਨਾਂ ਨੇ ਮਾਰ ਕੇ ਮਾਰੇ। ਸੋ ਅਸੀਂ ਆਪਣੇ ਮੈਂਬਰ ਨੂੰ ਅਸੀਂ ਇਹ ਗੱਲ ਆਖ ਸਕਦੇ ਹਾਂ ਔਰ ਇੱਕ ਕਮਾਂਡ ਦੇ ਨਾਲ ਇੱਕ ਗੁੱਸੇ ਨੂੰ ਜ਼ਾਹਰ ਕਰਕੇ ਵੀ ਉਸ ਚੀਜ਼ ਨੂੰ ਆਖਿਆ ਜਾ ਸਕਦਾ ਹੈ, ਪਰ ਉਸ ਲੈਵਲ ਤੱਕ ਕਰਨਾ ਹੈ ਜਿਸ ਲੈਵਲ ਦੇ ਵਿੱਚ ਜਾ ਕੇ ਕਿਤੇ ਨਾ ਸਾਡਾ ਨੁਕਸਾਨ ਹੋਵੇ ਔਰ ਨਾ ਹੀ ਉਸ ਮੈਂਬਰ ਦਾ ਨੁਕਸਾਨ ਹੋਵੇ, ਨਾ ਸਾਡਾ ਨੁਕਸਾਨ ਹੋਵੇ ਔਰ ਨਾ ਹੀ ਉਸ ਮੈਂਬਰ ਦਾ ਕੋਈ ਨੁਕਸਾਨ ਹੋਵੇ। ਜਿੱਦਾਂ ਕਿ ਅਸੀਂ ਹੁਣੇ ਬੱਚਿਆਂ ਦੀ ਗੱਲ ਕੀਤੀ ਹੈ ਕਿ ਸਾਡਾ ਨਿੱਕਾ ਜਿਹਾ ਕਿਹਾ ਹੋਇਆ ਇੱਕ ਸ਼ਬਦ ਵੀ ਬਹੁਤ ਗਹਿਰੇ ਤਲ ਤੇ ਬੱਚਿਆਂ ਦੇ ਮਾਇੰਡ ਦੇ ਉੱਤੇ ਅਸਰ ਪਾਉਂਦਾ ਹੈ। ਸਿਗਮੰਡ ਫਰਾਇਡ ਇਹ ਕਹਿੰਦਾ ਹੈ, ਉਹ ਕਹਿੰਦਾ ਹੈ ਵੀ ਮਨੁੱਖ ਜਿਹੜਾ ਮਨੁੱਖੀ ਸੁਭਾਅ ਹੈ ਨਾ ਜਿਹੜਾ ਇਹ ਸੁਭਾਅ ਪੱਖੋਂ ਗੁੱਸੈਲਾ ਹੈ, ਝਗੜਾਲੂ ਹੈ ਅਤੇ ਇਹ ਵਿਨਾਸ਼ਕਾਰੀ ਪ੍ਰਾਣੀ ਹੈ। ਜਦੋਂ ਅਸੀਂ ਆਪਣਾ ਪਿਛੋਕੜ ਦੇਖਦੇ ਹਾਂ ਕਬੀਲਿਆਂ ਦੇ ਵਿੱਚੋਂ, ਜੰਗਲਾਂ ਬੇਲਿਆਂ ਦੇ ਵਿੱਚੋਂ ਮਨੁੱਖ ਨਿਕਲ ਕੇ ਆਇਆ, ਸੋ ਉਹ ਸਾਰੀਆਂ ਚੀਜ਼ਾਂ ਸਾਡੇ ਵਿੱਚ ਆ ਰਹੀਆਂ ਨੇ, ਉਹ ਇਮੋਸ਼ਨ ਸਾਡੇ ਅੰਦਰ ਨੇ, ਪਰ ਹੌਲੀ ਹੌਲੀ ਬੰਦੇ ਨੇ ਸਮਝਿਆ, ਉਸ ਇਮੋਸ਼ਨ ਦੇ ਉੱਤੇ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ, ਫਿਰ ਉਸ ਇਮੋਸ਼ਨ ਦੇ ਨਾਲ ਕੰਟਰੋਲ ਕਰਕੇ ਉਹ ਜਗਤ ਦੇ ਅੰਦਰ ਉਸਨੇ ਵਿਚਰਨਾ ਸ਼ੁਰੂ ਕਰ ਦਿੱਤਾ। ਪਿੱਛੇ ਜੇ ਮੈਂ ਅਬਰੋਡ ਸੀਗਾ, ਬਾਹਰ ਸੀਗਾ ਤੇ ਕੋਈ ਫੈਮਿਲੀ ਮੈਨੂੰ ਲੈ ਕੇ ਜਾ ਰਹੀ ਸੀਗੀ ਆਪਣੇ ਘਰ, ਗੁਰਦੁਆਰਾ ਸਾਹਿਬ ਤੋਂ ਅਸੀਂ ਚੱਲੇ ਤੇ ਸਰਦਾਰ ਸਾਹਿਬ ਜੀ ਡਰਾਈਵਰ ਸੀਟ ਤੇ ਸੀਗੇ ਤੇ ਮੈਂ ਅੱਗੇ ਬੈਠਾ ਸੀਗਾ, ਜਿਹੜੀ ਡਰਾਈਵਰ ਦੇ ਨਾਲ ਵਾਲੀ ਸੀਟ ਹੈ, ਪਿੱਛੇ ਉਹਨਾਂ ਦੇ ਬੱਚੇ ਬੈਠੇ ਸਨ, ਉਹਨਾਂ ਦੇ ਘਰ ਦੇ ਤੇ ਉਹਨਾਂ ਦੀ ਬੇਟੀਆਂ ਤੇ ਬੇਟਾ। ਤੇ ਜਾਂਦੇ ਜਾਂਦੇ ਰਾਹ ਦੇ ਵਿੱਚ, ਹੁਣ ਬੰਦੇ ਤੇ ਗੁਰਸਿੱਖ ਸੀਗੇ, ਰਾਹ ਦੇ ਅੰਦਰ ਜਾਂਦੇ ਜਾਂਦੇ ਕੀ ਹੋਇਆ ਕਿ ਇੱਕ ਕਾਰ ਵਾਲੇ ਨੇ ਉਹਨਾਂ ਨੂੰ ਥੋੜਾ ਜਿਹਾ ਸਹੀ ਟਰਨ ਨਹੀਂ ਕੀਤਾ ਤੇ ਉਹ ਥੋੜਾ ਜਿਹਾ ਲੱਗਣੋਂ ਬਚ ਗਈ। ਇੰਨੀ ਕੁ ਗੱਲ ਨੇ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਉਸ ਕਾਰ ਦੀ ਰੇਸ ਦਿੱਤੀ ਤੇ ਰੇਸ ਦੇ ਕੇ ਇੱਕਦਮ ਉਸ ਬੰਦੇ ਦੇ ਅੱਗੋਂ ਕੱਢੀ ਤੇ ਬੜੀ ਅੱਗੇ ਕੱਢ ਕੇ ਤੇ ਐਵੇਂ ਸ਼ੀਸ਼ਾ ਖੋਲ ਕੇ ਤੇ ਆਪਣੀ ਭਾਸ਼ਾ ਦੇ ਵਿੱਚ ਉਹਨਾਂ ਚਾਰ ਪੰਜ ਮੋਟੀਆਂ ਗਾਲਾਂ ਉਹਨੂੰ ਕੱਢੀਆਂ ਤੇ ਥੋੜਾ ਜਿਹਾ ਗੈਸਚਰ ਏਦਾਂ ਦਾ ਬਣਾਇਆ ਜਿਹਦੇ ਕਰਕੇ ਅਗਲੇ ਬੰਦੇ ਨੂੰ ਵੀ ਪਤਾ ਲੱਗ ਜਾਏ ਕਿ ਬੰਦਾ ਜਿਹੜਾ ਹੈ ਉਹ ਮੈਨੂੰ ਅਬਿਊਜ਼ ਕਰਦਾ ਹੈ, ਮੈਨੂੰ ਗਾਲਾਂ ਕੱਢ ਰਿਹਾ, ਬੰਦਾ ਗੁੱਸਾ ਹੈ। ਤੇ ਮੈਂ ਤੇ ਕੁਝ ਨਹੀਂ ਸੀ ਆਖਿਆ ਕਿਉਂਕਿ ਮੈਂ ਪਹਿਲੀ ਵਾਰੀ ਉਹਨਾਂ ਨੂੰ ਮਿਲਿਆ ਸੀ, ਪਰ ਜਿਹੜੇ ਬੱਚੇ ਉਹਨਾਂ ਦੇ ਉੱਥੇ ਪੜ੍ਹੇ ਸੀਗੇ, ਉਹ ਬੱਚੇ ਬੱਚੀ ਨੇ ਗੱਲ ਆਖੀ, ਉਹ ਕਹਿੰਦੀ ਡੈਡੀ ਜੀ ਤੁਹਾਡੇ ਇਸ ਵਿਵਹਾਰ ਦੇ ਨਾਲ ਪਤਾ ਹੈ ਕਿੱਡਾ ਵੱਡਾ ਇਫੈਕਟ ਪੈਂਦਾ ਹੈ ਕਿ ਜਦੋਂ ਅਸੀਂ ਆਪਣੇ ਕਲਾਸਮੇਟਸ ਦੇ ਨਾਲ ਗੱਲਬਾਤ ਕਰਦੇ ਹਾਂ ਆਪਣੀ ਕਮਿਊਨਿਟੀ ਦੀ, ਤੇ ਉਹ ਕਹਿੰਦੇ ਨੇ ਕਿ ਇਹਨਾਂ ਬੰਦਿਆਂ ਨੂੰ ਗੱਲ ਕਰਨ ਦੀ ਤਮੀਜ਼ ਨਹੀਂ ਹੈ, ਇਹ ਬੰਦੇ ਅਬਿਊਜ਼ ਕਰਦੇ ਨੇ, ਇਹ ਪੱਗ ਵਾਲੇ ਬੰਦੇ ਜਿਹੜੇ ਨੇ ਇਹ ਰੈਸ਼ ਡਰਾਈਵਿੰਗ ਕਰਦੇ ਨੇ, ਉਹ ਰੈਸ਼ ਡਰਾਈਵਿੰਗ ਕਰਨ ਤੋਂ ਬਾਅਦ ਫਿਰ ਇਹ ਦੂਜੇ ਦੇ ਨਾਲ ਲੜਨ ਦੇ ਉੱਤੇ ਉਤਾਰੂ ਹੋ ਜਾਂਦੇ, ਤੁਹਾਨੂੰ ਪਤਾ ਹੈ ਤੁਹਾਡੇ ਇਸ ਵਿਵਹਾਰ ਦੇ ਨਾਲ ਸਾਨੂੰ ਕਿੰਨੀ ਨਮੁਸ਼ੀ ਹੁੰਦੀ ਹੈ। ਜਦੋਂ ਇਹ ਗੱਲ ਉਸ ਪਿਤਾ ਨੂੰ ਆਖੀ ਗਈ, ਹੁਣ ਪਿਤਾ ਕਿਤੇ ਨਾ ਕਿਤੇ ਫੀਲ ਤੇ ਉਸਨੂੰ ਵੀ ਹੋਇਆ, ਪਰ ਲੇਕਿਨ ਉਹ ਉਸ ਚੀਜ਼ ਦੇ ਉੱਤੇ ਉਸ ਚੀਜ਼ ਜੋ ਉਹ ਭਾਵ ਸੀ ਆਪਣਾ, ਹੁਣ ਉਹਨੂੰ ਜਸਟੀਫਾਈ ਕਰਨ ਦੇ ਵਾਸਤੇ ਉਹ 10 ਹੋਰ ਜਿਹੜੇ ਨੇ ਉਹ ਬਹਾਨੇ ਦੇ ਸੀ। ਏਦਾਂ ਹੀ ਅਸੀਂ ਕਰਦੇ ਹਾਂ, ਗੱਡੀ ਦੇ ਵਿੱਚ ਸਾਡੀ ਗੱਡੀ ਕਿਸੇ ਦੇ ਨਾਲ ਰਾਹ ਦੇ ਵਿੱਚ ਗਏ ਤੇ ਟਕਰਾਅ ਹੋ ਗਿਆ, ਹੁਣ ਟਕਰਾਅ ਹੋ ਗਿਆ ਤੇ ਹੋਇਆ ਕਿ ਸਾਹਮਣੇ ਬੰਦਾ ਨਿਕਲ ਕੇ ਆਇਆ, ਹੁਣ ਜੇ ਤੇ ਬੰਦੇ ਨੇ ਪਿਆਰ ਦੇ ਨਾਲ ਕਿਹਾ, ਪਿਆਰ ਦੇ ਨਾਲ ਬੋਲਿਆ, ਚਲੋ ਕੋਈ ਗੱਲ ਨੀ, ਇੰਸ਼ੋਰੈਂਸ ਤੁਹਾਡੀ ਵੀ ਹੈ ਤੇ ਸਾਡੀ ਵੀ, ਕੋਈ ਗੱਲ ਨੀ, ਗਲਤੀ ਤੇ ਕਿਸੇ ਕੋਲੋਂ ਵੀ ਹੋ ਸਕਦੀ ਹੈ। ਇੱਕ ਤੇ ਢੰਗ ਇਹ ਸੀਗਾ ਤੇ ਇੱਕ ਢੰਗ ਇਹ ਆ ਵੀ ਬੰਦਾ ਉਤਰ ਕੇ ਆਇਆ, ਉਹਨੇ ਦੋ ਗਾਲਾਂ ਕੱਢੀਆਂ, ਦੋ ਫਿਰ ਬੰਦੇ ਨੇ ਸੋਚਿਆ ਵੀ ਚਾਰ ਬੰਦਿਆਂ ਦੇ ਵਿੱਚ ਮੇਰੀ ਇਨਸਲਟ ਹੋ ਗਈ। ਜਿੱਦਾਂ ਅਸੀਂ ਪਿੱਛੇ ਵਿਚਾਰਿਆ ਹੈ ਬਈ ਕ੍ਰੋਧ ਦੇ ਪਿੱਛੇ ਕਿਤੇ ਨਾ ਕਿਤੇ ਹੋਰ ਭਾਵਨਾ ਵੀ ਕੰਮ ਕਰ ਰਹੀ ਹੁੰਦੀ ਹੈ, ਹੁਣ ਬੰਦੇ ਨੇ ਕੀ ਸੋਚਿਆ, ਬੰਦਾ ਕ੍ਰੋਧਿਤ ਨਹੀਂ ਸੀਗਾ, ਉਸਨੇ ਸੋਚਿਆ ਚਾਰ ਜੀਆਂ ਦੇ ਵਿੱਚ ਚੌਂਕ ਦੇ ਵਿੱਚ ਮੇਰੀ ਬੰਦੇ ਨੇ ਇਨਸਲਟ ਕਰ ਦਿੱਤੀ ਹੈ, ਉਹਨੂੰ ਸ਼ਰਮ ਮਹਿਸੂਸ ਹੋਈ
ਤੇ ਜਦੋਂ ਸ਼ਰਮ ਮਹਿਸੂਸ ਹੋਈ ਤੇ ਫਿਰ ਉਹਨੇ ਵੀ ਫਿਰ ਅੰਦਰੋਂ ਡਾਂਗ ਚੱਕ ਲਿਆ, ਬੇਸਬਾਲ ਚੱਕ ਲਿਆ ਗੱਡੀ ਦੇ ਵਿੱਚੋਂ, ਉਹ ਵੀ ਕਹਿੰਦਾ ਫਿਰ ਆ ਜਾ। ਇਹ ਰੋਡ ਰੇਜ ਦੀਆਂ ਜਿਹੜੀਆਂ ਟਕਰਾਵਾਂ ਨੇ ਸਾਡੇ ਨਾਲ ਆਮ ਤੌਰ ਤੇ ਵਾਪਰਦੀਆਂ ਨੇ ਰੋਜ਼ਾਨਾ ਦੇ ਤੌਰ ਤੇ ਉੱਤੇ, ਲੇਕਿਨ ਜਿਹੜਾ ਗੁਰੂ ਕਾ ਸਿੱਖ ਹੋਏਗਾ ਉਹ ਇਸ ਗੱਲ ਨੂੰ ਸਮਝੇਗਾ, ਕਾਮ ਕ੍ਰੋਧ ਦੇ ਕਰੋ ਦਸੁਨ, ਉਹ ਇਸ ਆਪਣੀ એનર્ਜੀ ਨੂੰ ਵੇਸਟ ਨਹੀਂ ਕਰੇਗਾ, ਆਪਣੀ એનર્ਜੀ ਨੂੰ ਕਿਸੇ ਹੋਰ ਰੂਪ ਦੇ ਅੰਦਰ ਇਸ ਨੂੰ ਲਾਉਣਾ ਸ਼ੁਰੂ ਕਰੇਗਾ। ਉਹ ਆਪਣੇ ਲਕਸ਼, ਆਪਣੇ ਗੋਲ ਦੇ ਉੱਤੇ ਵਧਣ ਦੇ ਵਾਸਤੇ ਇਸ એનર્ਜੀ ਨੂੰ ਲਾਏਗਾ, ਉਸ ਉਹ ਉਸ ਉਸ ਜਜ਼ਬੇ ਦਾ ਜਿਹੜਾ ਹੈ ਉਹ ਯੂਜ਼ ਕਰੇਗਾ ਆਤਮ ਰੱਖਿਆ ਦੇ ਵਾਸਤੇ, ਆਤਮ ਬਚਾਅ ਦੇ ਵਾਸਤੇ। ਹੁਣ ਸੰਕਟ ਦੀ ਘੜੀ ਦੇ ਅੰਦਰ ਦੇਖੋ, ਇੱਕ ਇੱਕ ਆਮ ਆਪਣੇ ਆਪ ਹੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਅਸਰ ਕਰਦਾ ਨਾ, ਕਿ ਜਦੋਂ ਕਿਸੇ ਨੂੰ ਕਿਸੇ ਵੇਲੇ ਸੰਕਟ ਪੈ ਜਾਂਦਾ, ਕੋਈ ਕੋਈ ਘਟਨਾ ਵਾਪਰ ਗਈ, ਉਸੇ ਵੇਲੇ ਕੀ ਹੁੰਦਾ ਹੈ ਕਿ ਲੱਤਾਂ ਦੇ ਅੰਦਰ ਖੂਨ ਦਾ ਜਿਹੜਾ ਦੌਰਾ ਵੱਧ ਜਾਂਦਾ ਹੈ, ਬੰਦਾ ਥੋੜਾ ਜਿਹਾ ਮਜ਼ਬੂਤ ਹੋ ਜਾਂਦਾ ਹੈ, ਧੜਕਣ ਤੇਜ਼ ਹੋ ਜਾਂਦੀ ਹੈ, ਖੂਨ ਦਾ ਦੌਰਾ ਵੱਧ ਜਾਂਦਾ ਹੈ। ਕਾਰਨ ਇਹ ਹੁੰਦਾ ਵੀ ਜੰਗ ਹੋ ਰਿਹਾ ਨਾ ਕਿਤੇ ਸਰੀਰ ਇਸ ਢੰਗ ਦੇ ਨਾਲ ਬਣਿਆ ਹੈ ਕਿ ਕਿਤੇ ਜੇ ਮੇਰੇ ਉੱਤੇ ਦੁਸ਼ਮਣ ਭਾਰੂ ਪੈ ਗਿਆ, ਲੱਤਾਂ ਦੇ ਅੰਦਰ ਵੀ ਇੰਨਾ ਭਾਰ ਚੱਕਣ ਦੀ ਸਮਰੱਥਾ ਹੋਣੀ ਚਾਹੀਦੀ, ਮੈਂ ਚਲਾ ਜਾ ਵੀ ਸਕਾਂ ਉੱਥੋਂ ਨਿਕਲ ਕੇ। ਜਿੱਦਾਂ 2.5 ਫੱਟ ਦਾ ਜਿਹੜਾ ਗੁਰੀਲਾ ਰੀਤੀ ਦਾ ਜਿਹੜਾ ਯੁੱਧ ਜਿਹੜਾ ਸਿੰਘ ਕਰਦੇ ਹੁੰਦੇ ਸੀਗੇ, ਉਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਯੂਜ਼ ਕੀਤੀਆਂ ਨੇ, ਉਹ ਸਾਰੀ ਐਨਰਜੀ ਜਿਹੜੀ ਹੈ ਉਸਨੂੰ ਸੈਂਟਰਲਾਈਜ਼ ਕੀਤਾ, ਉਸਨੂੰ ਕੇਂਦਰਿਤ ਕੀਤਾ, ਔਰ ਕੇਂਦਰਿਤ ਕਰਕੇ ਆਪਣੇ ਜੀਵਨ ਦੇ ਉੱਤੇ ਉਸਨੂੰ ਧਾਰ ਧਾਰਦੇ ਚਲੇ ਗਏ, ਔਰ ਉਸ ਚੀਜ਼ ਨੇ ਉਸ ਸ਼ੈ ਨੇ ਉਹਨਾਂ ਨੂੰ ਫਾਇਦਾ ਦਿੱਤਾ, ਔਰ ਉਸ ਉਹਨਾਂ ਨੇ ਆਪਣੇ ਜੀਵਨ ਨੂੰ ਆਪਣੇ ਇਸ ਦੇ ਅੰਦਰ ਆਪਣੇ ਇਸ ਜਜ਼ਬੇ ਨੂੰ ਇਹਦਾ ਸਹੀ ਪੋਜ਼ਿਟਿਵ ਯੂਜ਼ ਕੀਤਾ। ਜਿੱਦਾਂ ਗੁਰੂ ਸਾਹਿਬ ਕਹਿੰਦੇ ਨੇ, ਕਾਮ ਕਰੋ ਦੋਇ ਕਰੋ ਵਿਸੋਲੇ ਗੋਡੋ ਧਰਤੀ ਭਾਈ। ਸੋ ਆਹ ਜਿਹੜੇ ਕੁਝ ਅਸੀਂ ਅੱਜ ਜਿਹੜੇ ਪੁਆਇੰਟਸ ਅਸੀਂ ਡਿਸਕਸ ਕੀਤੇ ਹਾਂ, ਮੇਰਾ ਖਿਆਲ ਹੈ ਕਿ ਇਹ ਇਹ ਜਿਹੜੇ ਪੁਆਇੰਟਸ ਅਸੀਂ ਡਿਸਕਸ ਕੀਤੇ ਹਾਂ ਇਹਦੇ ਅੰਦਰ ਜਿਹੜਾ ਬਹੁਤ ਸਾਰੇ ਐਸੇ ਜਿਹੜੇ ਕੁਝ ਐਂਗਲ ਨੇ ਜਿਹਨਾਂ ਐਂਗਲਸ ਦੇ ਉੱਤੇ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ, ਖਾਸ ਤੌਰ ਤੇ ਬੱਚਿਆਂ ਦੇ ਨਾਲ ਜਿੱਦਾਂ ਜਦੋਂ ਅਸੀਂ ਵਿਵਹਾਰ ਕਰਦੇ ਹਾਂ, ਅਸੀਂ ਉਸ ਕਿਸ ਲੈਵਲ ਦੇ ਉੱਤੇ ਕਰਨਾ ਹੈ, ਫਿਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ, ਆਪਣੀ ਮੈਰਿਡ ਲਾਈਫ ਦੇ ਅੰਦਰ ਜਦੋਂ ਅਸੀਂ ਅਬਿਊਸ ਕਰਦੇ ਹਾਂ ਉਹਦੇ ਪ੍ਰਭਾਵ ਕੀ ਪੈਂਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਬਾਰੇ ਵੀ ਵਿਚਾਰ ਕਰਾਂਗੇ ਕਿ ਜਿਹੜਾ ਮੈਰਿਡ ਕਪਲ ਹੈ ਜਦੋਂ ਇੱਕ ਦੂਜੇ ਦੇ ਨਾਲ ਅਬਿਊਸ ਕਰਦਾ ਹੈ, ਇੱਕ ਦੂਜੇ ਦੇ ਪਰਿਵਾਰ ਨੂੰ ਗਾਲਾਂ ਕੱਢਦਾ ਹੈ, ਉਹਦਾ ਕੀ ਪ੍ਰਭਾਵ ਪੈਂਦਾ ਹੈ ਸਾਡੀ ਲਾਈਫ ਦੇ ਵਿੱਚ, ਉਹਦਾ ਰਿਸ਼ਤਿਆਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ। ਕਦੇ ਸੋਚ ਕੇ ਦੇਖਿਆ ਜੀ ਵੀ ਇੱਕ ਕੱਢੀ ਹੋਈ ਗਾਲ ਕਿੰਨੀ ਦੂਰ ਤੱਕ ਉਸ ਰਿਸ਼ਤੇ ਨੂੰ ਤੋੜ ਕੇ ਚਲੀ ਜਾਂਦੀ ਹੈ, ਜ਼ਬਾਨ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਗੰਦਾ ਬੋਲ ਬੜੇ ਨਜ਼ਦੀਕੀ ਰਿਸ਼ਤਿਆਂ ਨੂੰ ਤੋੜ ਦਿੰਦਾ ਹੈ। ਭਰਾ ਭਰਾ ਦੇ ਨਾਲ ਨਹੀਂ ਬੋਲਦਾ, ਇੱਕੋ ਗੱਲ ਹੁੰਦੀ ਹੈ ਵੀ ਉਹਨੇ ਮੈਨੂੰ ਇਹ ਗੱਲ ਆਖ ਦਿੱਤੀ ਸੀ, ਭੈਣ ਭਰਾਵਾਂ ਦੇ ਨਾਲ ਨਹੀਂ, ਭੈਣ ਭਰਾ ਦੇ ਨਾਲ ਨਹੀਂ ਬੋਲਦੀ, ਇੱਕੋ ਗੱਲ ਹੁੰਦੀ ਹੈ ਵੀ ਉਹਨੇ ਮੈਨੂੰ ਕੁਛ ਗਲਤ ਆਖ ਦਿੱਤਾ ਸੀ, ਗੁੱਸੇ ਦੇ ਵਿੱਚ ਆਖਿਆ ਦੇ। ਔਰ ਜਿਸ ਟਾਈਮ ਦੇ ਅੰਦਰ ਗੁੱਸੇ ਦੇ ਵਿੱਚ ਇਹ ਚੀਜ਼ ਆਖੀ ਜਾਂਦੀ ਹੈ, ਬੰਦਾ ਆਪਣਾ ਆਪੇ ਦੇ ਅੰਦਰ ਨਹੀਂ ਹੁੰਦਾ, ਔਰ ਉਸ ਆਪਣੇ ਆਪੇ ਨੂੰ ਫੋਨ ਕਰਕੇ ਉਹ ਸਾਰਾ ਦਾ ਸਾਰਾ ਉਹ ਐਕਟ ਕਰਦਾ ਹੈ। ਜਿਵੇਂ ਹਰਿਦੁਆਰ ਵਾਲੀ ਸਾਖੀ ਅਸੀਂ ਬੜੀ ਵਾਰੀ ਸੁਣੀ ਹੈ ਕਿ ਭਾਈ ਮਰਦਾਨਾ ਜੀ ਗਏ, ਭਾਈ ਮਰਦਾਨਾ ਜੀ ਉੱਥੇ ਜਾਂਦੇ ਨੇ ਤੇ ਉਹ 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 ਕਹਿੰਦਾ ਵੀ ਤੂੰ ਪਰਛਾਵਾਂ ਮੇਰੇ ਉੱਤੇ ਪਾ ਤਾ, ਤੂੰ ਮਰਾਸੀ ਸੀਗਾ, ਮਰਾਸੀ ਹੈ, ਉਹ ਪੰਡਾ ਜਿਹੜਾ ਪਿੱਛੇ ਦੌੜ ਪੈਂਦਾ ਅੱਗ ਦੀ ਚੁਆਤੀ ਲੈ ਕੇ, ਮਰਦਾਨਾ ਜੀ ਅੱਗੇ ਅੱਗੇ ਪੰਡਾ ਪਿੱਛੇ ਪਿੱਛੇ ਗੁਰੂ ਸਾਹਿਬ ਕੋਲ ਪਹੁੰਚਦੇ ਨੇ, ਉਹ ਕਹਿੰਦੇ ਵੀ ਤੂੰ ਆਹ ਜਿਹੜਾ ਤੇਰਾ ਹਾਵ ਭਾਵ ਹੈ ਇਹ ਭਗਤਾਂ ਵਾਲਾ ਤੇ ਨਹੀਂ ਨਾ, ਇਹ ਜਿਹੜਾ ਅੱਗ ਲੈ ਕੇ ਤੂੰ ਤੁਰਿਆ ਫਿਰਦਾ ਹੈ, ਇਹ 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 ਅੱਗ ਬਾਹਰ ਵੀ ਹੈ ਤੇ ਇਹ ਅੱਗ ਤੇਰੇ ਅੰਦਰ ਵੀ ਹੈ, ਔਰ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਤੇਰੇ ਅੰਦਰ ਦਇਆ ਨਹੀਂ ਹੈ। ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜੇਤੇ, ਤੂੰ ਕਦੇ ਵੀ ਕਰੁਣਾ ਨਹੀਂ ਪੈਦਾ ਕਰਦਾ, ਕੁਦਇਆ ਕਸਾਇਣ। ਗੁਰੂ ਸਾਹਿਬ ਨੇ ਉਹਨੂੰ ਕਿਹਾ ਸੀ ਨਾ ਵੀ ਤੇਰੇ ਅੰਦਰ ਕੁਦਇਆ ਰੂਪੀ ਕਸਾਇਣ ਬੈਠੀ ਹੈ, ਕਿ ਇਹ ਕ੍ਰੋਧ ਕਰਕੇ ਤੂੰ ਇੱਕ ਇੱਕ ਤੇਰੇ ਵਰਗਾ ਜੀ ਹੈ, ਤੇਰੇ ਵਰਗਾ ਇਨਸਾਨ ਹੈ, ਉਸਨੂੰ ਮਾਰਨ ਦੇ ਉੱਤੇ ਉਤਾਰੂਗੇ। ਸੋ ਗੁਰੂ ਸਾਹਿਬ ਬਾਣੀ ਦੇ ਅੰਦਰ ਸਾਨੂੰ ਬਿਨ ਥਾਵਾਂ ਦੇ ਉੱਤੇ ਸਮਝਾਉਂਦੇ ਨੇ ਕਿ ਅਸੀਂ ਕਿਸ ਰੂਪ ਦੇ ਅੰਦਰ ਇਸ ਕ੍ਰੋਧ ਦੇ ਜਜ਼ਬੇ ਨੂੰ ਅਸੀਂ ਕੋਪ ਕਰਨਾ ਹੈ, ਔਰ ਕਿਵੇਂ ਅਸੀਂ ਇਸ ਤੋਂ ਆਪਣਾ ਜਿਹੜੇ ਐਸੇ ਘਟਨਾਵਾਂ ਹੁੰਦੀਆਂ ਨੇ ਉਹਨਾਂ ਤੋਂ ਅਸੀਂ ਆਪਣੇ ਇਸ ਪਾਵਨ ਬਾਣੀ ਤੋਂ ਸਹਾਰਾ ਲੈ ਕੇ, ਸੇਧ ਲੈ ਕੇ ਅਸੀਂ ਛੁਟਕਾਰਾ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਮਿੱਠ ਬੋਲੜਾ ਜੀ ਜ਼ੁਬਾਨ ਦੇ ਨਾਲ ਅਸੀਂ ਯਾਦ ਕਰੀਏ, ਹੱਥਾਂ ਦੇ ਨਾਲ ਕਿਸੇ ਮਜ਼ਲੂਮ ਉੱਤੇ ਅਸੀਂ ਉਹਦੇ ਉੱਤੇ ਵਾਰ ਨਹੀਂ ਕਰਨਾ। ਕਿਸੇ ਸਿੱਖ ਦਾ ਤੇ ਫਰਜ਼ ਸੀ ਨਾ ਵੀ ਜਿਹੜਾ ਥੱਲੇ ਡਿੱਗ ਗਿਆ ਨਾ ਸਿੱਖ ਤੇ, ਉਹਦੇ ਉੱਤੇ ਵੀ ਵਾਰ ਨਹੀਂ ਸੀ ਕਰਦਾ।
मतलब ये सिख दी एक आइडेंटिटी बनी सी, सिख दी एक पर्सनैलिटी जिहड़ी डिवेलप की गुरु साहब ने। सिख ने मैदाने जंग के अंदर भी उसनू फलीकूत करके दिखाया। अंग्रेज आ गए जे कैंप दे विच सिखां दे, ते सिखां ने क्रोध दे वास्ते अंदर आ के ना, भावे सिख हारे सन जाण, अंग्रेजां दा जरनैल आ गया क्रोध दे विच आ के, उहदे नाल कोई बुरा व्यवहार नहीं कीता, उहदे नाल चंगा व्यवहार कीता, उसनू उहदे कैंप तक पहुंचाया। ये बाणी का ही एक एक तुसीं प्रताप कह लो, बाणी की सिक्ख्या कह लो, गुरु साहिबाना दे उन्हां सिखां दी जीवनी कह लो, जिहड़े साडे वर्गे शायद नहीं सन, साडे वर्गे नहीं सन, वो इस पावन बाणी नूं जिउंदे सन, इस पावन बाणी नूं प्रैक्टिकली तौर ते निभाउंदे सन, अपने घरां थावां दे विच वी और समाज दे विच वी। सो जे असीं इस सोच दे नाल जुड़ांगे, निश्चित तौर ते साडे जीवन दे अंदर सुधार आ सकदा है और पैदा हो सकदा है। इस मसमां पता है जी, हुण जो कुछ अज असीं विचार कीते, जिन्नी कु विचार अज होई, इहदे बाबत आप जी दा कोई सवाल होए, जिहड़े अज दे टॉपिक दे बाबत असीं विचार कीते है, वो आप कर सकते हो जी। इन्नी कु बेनती है प्रवान, वाहिगुरु जी का खालसा, वाहिगुरु जी की फतह।